ਨਮਸਕਾਰ ਦੇਸ਼ ਵਿਦੇਸ਼ ਵਿੱਚ ਡੀ ਡੀ ਪੰਜਾਬੀ ਦਾ ਆਨੰਦ ਮਾਣ ਰਹੇ ਪਿਆਰੇ ਦਰਸ਼ਕੋ ਤੁਹਾਡਾ ਮੁੜ ਤੋਂ ਇਸ ਖਾਸ ਪੇਸ਼ਕਸ਼ ਵਿੱਚ ਨਿੱਘਾ ਸਵਾਗਤ ਮੈਂ ਹਾਂ ਡਾਕਟਰ ਵਿਪੁਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਹੈਲੋ ਡਾਕਟਰ ਪਿਆਰੇ ਦਰਸ਼ਕੋ ਤੁਸੀਂ ਜਾਣਦੇ ਹੋ ਇਹ ਇੱਕ ਲਾਈਵ ਪ੍ਰੋਗਰਾਮ ਹੈ ਇਸ ਵਿੱਚ ਅਸੀਂ ਸਿਹਤ ਸੰਬੰਧੀ ਗੱਲਾਂ ਬਾਤਾਂ ਕਰਦੇ ਹਾਂ ਅੱਜ ਜਿਹੜਾ ਸਾਡਾ ਚਰਚਾ ਦਾ ਵਿਸ਼ਾ ਰਹੇਗਾ ਉਹ ਰਹੇਗਾ ਟੀ ਬੀ ਰੋਗ ਅਤੇ ਇਲਾਜ ਟਿਊਬਰਕਲੋਸਿਸ ਜਾਂ ਟੀ ਬੀ ਤਪੇਦਿਕ ਜਿਹਨੂੰ ਕਹਿੰਦੇ ਆ ਉਹ ਕਿਉਂ ਹੁੰਦਾ ਉਹਦੇ ਕੀ ਕਾਰਨ ਨੇ ਉਹਨਾਂ ਦਾ ਕੀ ਇਲਾਜ ਹੈ ਇਸ ਬਾਰੇ ਅਸੀਂ ਚਰਚਾ ਕਰਾਂਗੇ ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ 'ਤੇ ਜਿਹੜੇ ਡਾਕਟਰ ਸਾਹਿਬ ਤਸ਼ਰੀਫ ਲਿਆਏ ਨੇ ਉਹਨੇ ਡਾਕਟਰ ਆਸ਼ੀਸ਼ ਚਾਵਲਾ ਡਾਕਟਰ ਆਸ਼ੀਸ਼ ਚਾਵਲਾ ਐੱਮ ਡੀ ਚੈਸਟ ਐਂਡ ਟਿਊਬਰਕਲੋਸਿਸ ਨੇ ਡਾਕਟਰ ਸਾਹਿਬ ਜ਼ਿਲ੍ਹਾ ਅਫਸਰ ਨੇ ਲੁਧਿਆਣਾ ਵਿੱਚ ਨਮਸਕਾਰ ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ ਬਹੁਤ ਪਿਆਰ ਭਰਿਆ ਸਵਾਗਤ ਪਿਆਰੇ ਦਰਸ਼ਕੋ ਹਾਲਾਂਕਿ ਸਾਡੇ ਨੰਬਰਸ ਤੁਹਾਨੂੰ ਚੰਗੀ ਤਰ੍ਹਾਂ ਪਤਾ ਨੇ ਪਰ ਫਿਰ ਵੀ ਮੈਂ ਇੱਕ ਵਾਰੀ ਨੰਬਰ ਦੁਹਰਾ ਦਿੰਦਾ ਤੁਸੀਂ ਫੋਨ ਰਾਹੀਂ ਇਸ ਪ੍ਰੋਗਰਾਮ 'ਚ ਸ਼ਿਰਕਤ ਕਰ ਸਕਦੇ ਹੋ ਸਾਡੇ ਨੰਬਰ ਨੇ 2 81 42 61 ਅਤੇ 2 81 42 64 ਅਤੇ ਜੇ ਤੁਸੀਂ ਜਲੰਧਰ ਦੇ ਬਾਹਰੋਂ ਗੱਲ ਕਰ ਰਹੇ ਹੋ ਤਾਂ ਸਾਡਾ ਏਰੀਆ ਕੋਡ 01 81 ਲਗਾਉਣਾ ਨਾ ਭੁੱਲਣਾ ਬੇਸਬਰੀ ਨਾਲ ਤੁਹਾਡੀ ਫੋਨ ਕਾਲਸ ਦਾ ਸਾਨੂੰ ਇੰਤਜ਼ਾਰ ਹੈ ਤੁਹਾਡੀ ਸ਼ਿਰਕਤ ਬਿਨਾਂ ਇਹ ਪ੍ਰੋਗਰਾਮ ਅਧੂਰਾ ਹੁੰਦਾ ਡਾਕਟਰ ਸਾਹਿਬ ਮੁੜ ਤੋਂ ਨਿੱਘਾ ਸਵਾਗਤ ਜੀ ਬਹੁਤ ਬਹੁਤ ਜੀ ਆਇਆਂ ਨੂੰ ਜੀ ਸਟੂਡੀਓ ਦੇ ਵਿੱਚ ਸ਼ੁਕਰੀਆ ਡਾਕਟਰ ਸਾਹਿਬ ਗੱਲ ਕਰ ਰਹੇ ਹਾਂ ਟਿਊਬਰਕਲੋਸਿਸ ਜਾਂ ਟੀ ਬੀ ਦੀ ਹਾਂਜੀ ਸ਼ੁਰੂਆਤ 'ਚ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਟੀ ਬੀ ਹੁੰਦਾ ਕੀ ਹੈ ਟੀ ਬੀ ਇੱਕ ਇਨਫੈਕਸ਼ਨ ਡਿਜ਼ੀਜ਼ ਹੈ ਜਿਹੜੀ ਕਿ ਮਾਈਕੋਬੈਕਟੀਰੀਅਮ ਟੀ ਬੀ ਨਾਮ ਦੇ ਬੈਕਟੀਰੀਆ ਨਾਲ ਹੁੰਦੀ ਹੈ ਜੀ ਇਹਦੇ ਬੇਸਿਕਲੀ ਇਹ ਜਿਹੜੀ ਡਿਜ਼ੀਜ਼ ਹੈ ਇਹ ਫੇਫੜਿਆਂ ਨੂੰ ਇਨਵੋਲਵ ਕਰਦੀ ਹੈ ਜਿਹਨੂੰ ਆਪਾਂ ਪਲਮੀ ਟੀ ਬੀ ਕਹਿੰਦੇ ਹਾਂ ਜੀ ਅਤੇ ਜੇ ਫੇਫੜਿਆਂ ਨੂੰ ਛੱਡ ਕੇ ਸਰੀਰ ਦੇ ਕਿਸੇ ਹੋਰ ਅੰਗ ਦੀ ਟੀ ਬੀ ਹੈ ਤਾਂ ਉਹਨੂੰ ਆਪਾਂ ਐਕਸਟਰਾ ਪਲਮੀ ਟੀ ਬੀ ਕਹਿੰਦੇ ਹਾਂ ਠੀਕ ਹੈ ਪ੍ਰਾਇਮਰੀਲੀ ਮੋਸਟ ਕਾਮਨਲੀ ਇਹ ਫੇਫੜਿਆਂ ਦੀ ਡਿਜ਼ੀਜ਼ ਹੈ ਰੈਸਪੀਰੇਟਰੀ ਸਿਸਟਮ ਦੀ ਡਿਜ਼ੀਜ਼ ਹੈ ਡਾਕਟਰ ਸਾਹਿਬ ਗੱਲ ਸ਼ੁਰੂ ਹੁੰਦੀ ਹੈ ਕਿ ਡਿਜ਼ੀਜ਼ ਤਾਂ ਰੈਸਪੀਰੇਟਰੀ ਸਿਸਟਮ ਦੀਆਂ ਬਹੁਤ ਸਾਰੀਆਂ ਨੇ ਸਾਨੂੰ ਕਿਸ ਤਰ੍ਹਾਂ ਅੰਦਾਜ਼ਾ ਹੋਏਗਾ ਕਿ ਟਿਊਬਰਕਲੋਸਿਸ ਹੈ ਇਹਦੇ ਕੀ ਲੱਛਣ ਹੁੰਦੇ ਆ ਇਹ ਕਿਉਂ ਹੁੰਦਾ ਟੀ ਬੀ ਦੇ ਕੁਛ ਲੱਛਣ ਬੜੇ ਪੈਕੂਲੀਅਰ ਹੈ ਜਿਵੇਂ ਖਾਂਸੀ 2 ਹਫ਼ਤੇ ਤੋਂ ਜ਼ਿਆਦਾ ਖਾਂਸੀ ਦਾ ਹੋਣਾ ਜੀ ਇਸ ਤੋਂ ਇਲਾਵਾ 2 ਹਫ਼ਤੇ ਤੋਂ ਜ਼ਿਆਦਾ ਬੁਖਾਰ ਹੋਣਾ ਜੀ ਸਿਗਨੀਫਿਕੈਂਟ ਵੇਟ ਲੋਸ ਭਾਰ ਦਾ ਘਟਣਾ ਕਾਫ਼ੀ ਜ਼ਿਆਦਾ ਮਾਤਰਾ 'ਚ ਭਾਰ ਦਾ ਘਟਣਾ ਜੀ ਔਰ ਇਸ ਤੋਂ ਇਲਾਵਾ ਬਲਗਮ 'ਚ ਖੂਨ ਆਉਣਾ ਹਿਮੋਪਟਿਸਿਸ ਕਹਿੰਦੇ ਜਿਹਨੂੰ ਅਸੀਂ ਜੀ ਔਰ ਨਾਈਟ ਸਵੈਟਸ ਹੋਣਾ ਰਾਤ ਨੂੰ ਪਸੀਨੇ ਆਉਣੇ ਤਰੇਲੀਆਂ ਆਉਂਦੀਆਂ ਸ਼ਾਮ ਨੂੰ ਜਿਹੜਾ ਟੀ ਬੀ ਦਾ ਬੁਖਾਰ ਹੈ ਜਨਰਲੀ ਈਵਨਿੰਗ ਰਾਈਜ਼ ਹੁੰਦਾ ਸ਼ਾਮ ਨੂੰ ਥੋੜ੍ਹਾ ਵੱਧਦਾ ਠੀਕ ਹੈ ਜੀ ਹੱਡ ਪੰਨੀ 'ਚ ਰਹਿੰਦੀ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਤੇਜ਼ ਬੁਖਾਰ ਨਹੀਂ ਹੁੰਦਾ ਇਹ ਜੀ ਔਰ ਭੁੱਖ ਘੱਟ ਜਾਂਦੀ ਇਹਦੇ ਕਰਕੇ ਵਜਨ ਵੀ ਘੱਟ ਜਾਂਦਾ ਪੇਸ਼ੈਂਟ ਦਾ ਔਰ ਖਾਂਸੀ ਹੈ ਔਰ ਬਲਗਮ 'ਚ ਖੂਨ ਆਉਂਦਾ ਜੀ ਡਾਕਟਰ ਸਾਹਿਬ ਤੁਸੀਂ ਜਿਹੜੇ ਲੱਛਣ ਦੱਸੇ ਇਹ ਸਾਰੇ ਦੇ ਸਾਰੇ ਜ਼ਰੂਰੀ ਨੇ ਜੀ ਜਾਂ ਇਹਨਾਂ 'ਚ ਵੀ ਹੋ ਸਕਦਾ ਕੋਈ 2-3 ਹੋਣ ਬਾਕੀ ਨਾ ਹੋਣ ਜ਼ਰੂਰੀ ਨਹੀਂ ਹਰ ਪੇਸ਼ੈਂਟ ਦੇ ਵਿੱਚ ਇਹ ਸਾਰੇ ਲੱਛਣ ਹੋਣ ਜੀ ਪਰ ਜੇ ਇਹਨਾਂ ਵਿੱਚੋਂ ਕੋਈ ਵੀ ਲੱਛਣ ਹੈ ਮੰਨ ਲਓ ਕਿਸੇ ਨੂੰ 2 ਹਫ਼ਤੇ ਜ਼ਿਆਦਾ ਖਾਂਸੀ ਹੈ ਪਰ ਬੁਖਾਰ ਨਹੀਂ ਹੈ ਜੀ ਵੇਟ ਲੋਸ ਨਹੀਂ ਹੋਇਆ ਜੀ ਜਾਂ ਕਿਸੇ ਨੂੰ ਬੁਖਾਰ ਰਹਿ ਰਿਹਾ ਵੇਟ ਲੋਸ ਨਹੀਂ ਹੈ ਖਾਂਸੀ ਨਹੀਂ ਹੈ ਜੀ ਤਾਂ ਉਹਨੂੰ ਆਪਣੀ ਟੀ ਬੀ ਦੀ ਜਾਂਚ ਕਰਾਉਣੀ ਚਾਹੀਦੀ ਹੈ ਟੀ ਬੀ ਹੋ ਸਕਦੀ ਹੈ ਯਾਨੀ ਕਿ ਜੇ ਵੇਟ ਘੱਟ ਰਿਹਾ ਤਾਂ ਵੀ ਜੇ ਤੁਹਾਨੂੰ ਬੁਖਾਰ 2 ਹਫ਼ਤੇ ਤੋਂ ਜ਼ਿਆਦਾ ਤਾਂ ਵੀ ਜੇ ਖਾਂਸੀ 2 ਹਫ਼ਤੇ ਤੋਂ ਜ਼ਿਆਦਾ ਤਾਂ ਵੀ ਬਲਗਮ 'ਚ ਖੂਨ ਆ ਰਿਹਾ ਤਾਂ ਵੀ ਜਾਂ ਰਾਤ ਨੂੰ ਪਸੀਨੇ ਆ ਰਹੇ ਜਾਂ ਰਾਤ ਨੂੰ ਪਸੀਨੇ ਆ ਰਹੇ ਜਾਂ ਸ਼ਾਮ ਨੂੰ ਬੁਖਾਰ ਹੋ ਰਿਹਾ ਇਹਨਾਂ 'ਚੋਂ ਕੁਛ ਵੀ ਹੁੰਦਾ ਤਾਂ ਟੀ ਬੀ ਦਾ ਚੈੱਕਅਪ ਕਰਾਉਣਾ ਚਾਹੀਦਾ ਹਾਂਜੀ ਡਾਕਟਰ ਸਾਹਿਬ ਚੈੱਕਅਪ ਕਿਹੜੇ ਕਿਹੜੇ ਹੁੰਦੇ ਆ ਕਿਸ ਤਰ੍ਹਾਂ ਚੈੱਕਅਪ ਹੁੰਦਾ ਵੀ ਕਨਫਰਮ ਹੋਏ ਕਿ ਟੀ ਬੀ ਹੈ ਹਾਂਜੀ ਜੇ ਕਿਸੇ ਵੀ ਵਿਅਕਤੀ ਨੂੰ ਇਹਨਾਂ ਵਿੱਚੋਂ ਕੋਈ ਵੀ ਸਿਮਟਮ ਹੈ 2 ਹਫ਼ਤੇ ਜ਼ਿਆਦਾ ਖਾਂਸੀ ਬੁਖਾਰ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਜੀ ਜੀ ਤਾਂ ਉਹਨੂੰ ਆਪਣੀ ਬਲਗਮ ਦੀ ਜਾਂਚ ਅਤੇ ਐਕਸਰੇ ਦੀ ਜਿਹੜੀ ਛਾਤੀ ਦਾ ਐਕਸਰੇ ਉਹ ਕਰਵਾਉਣਾ ਚਾਹੀਦਾ ਜੀ ਬਲਗਮ ਦੀ ਜਾਂਚ ਲਈ ਸਰਕਾਰ ਨੇ ਹਰ 1 ਲੱਖ ਪਾਪੂਲੇਸ਼ਨ ਪਿੱਛੇ ਇੱਕ ਡੈਜੀਗਨੇਟਡ ਮਾਈਕਰੋਸਕੋਪੀ ਸੈਂਟਰ ਬਣਾਇਆ ਜਿਹਨੂੰ ਆਪਾਂ ਡੀ ਐੱਮ ਸੀ ਕਹਿੰਦੇ ਹਾਂ ਜੀ ਇੱਥੇ ਬਲਗਮ ਦੀ ਜਾਂਚ ਫਰੀ ਕੀਤੀ ਜਾਂਦੀ ਹੈ ਪੇਸ਼ੈਂਟ ਦੀ ਅੱਛਾ ਜੀ ਹਾਂਜੀ ਉਹ 'ਚ ਆਪਾਂ 2 ਸੈਂਪਲ ਲੈਂਦੇ ਹਾਂ ਇੱਕ ਉਸੇ ਵੇਲੇ ਜਦੋਂ ਪੇਸ਼ੈਂਟ ਲੈਬ ਦੇ ਵਿੱਚ ਜਾਂਦਾ ਇੱਕ ਸੈਂਪਲ ਉਦੋਂ ਲਿਆ ਜਾਂਦਾ ਔਰ ਇੱਕ ਉਹਨੂੰ ਸਪੂਟਮ ਕੱਪ ਦਿੱਤਾ ਜਾਂਦਾ ਜਿਹ 'ਚੋਂ ਅਰਲੀ ਮਾਰਨਿੰਗ ਆਪਣਾ ਸੈਂਪਲ ਲੈ ਕੇ ਆਉਂਦਾ ਜੀ ਸੋ 2 ਬਲਗਮ ਦੀ ਜਾਂਚ ਕੀਤੀ ਜਾਂਦੀ ਇਸ ਤੋਂ ਇਲਾਵਾ ਐਕਸਰੇ ਵੀ ਕੀਤਾ ਜਾਂਦਾ ਉਹਦਾ ਜੀ ਔਰ ਜੇ ਆਪਾਂ ਨੂੰ ਲੱਗਦਾ ਟੀ ਬੀ ਹੈ ਤਾਂ ਉਹਨੂੰ ਫਿਰ ਟੀ ਬੀ ਦੀ ਦਵਾਈ ਸ਼ੁਰੂ ਕੀਤੀ ਜਾਂਦੀ ਡਾਕਟਰ ਸਾਹਿਬ ਇਹ ਜਿੰਨੇ ਵੀ ਸਰਕਾਰੀ ਹੋਸਪਿਟਲਸ ਨੇ ਕੀ ਇਹ ਸਾਰਿਆਂ ਦੇ ਵਿੱਚ ਇਹ ਜਾਂਚ ਉਪਲਬਧ ਹੈ? ਇਹ ਜ਼ਿਆਦਾਤਰ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਜਾਂਚ ਹੁੰਦੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ 1 ਲੱਖ ਪਿੱਛੇ ਅਸੀਂ ਇੱਕ ਮਾਈਕਰੋਸਕੋਪੀ ਸੈਂਟਰ ਬਣਾਇਆ ਜੀ ਇਹ ਸਰਕਾਰੀ ਤੋਂ ਇਲਾਵਾ ਡਾਕਟਰ ਸਾਹਿਬ ਇੱਕ ਸਕਰੀਨ 'ਤੇ ਸਾਡੇ ਕੋਲ ਇੱਕ ਚੀਜ਼ ਨਜ਼ਰ ਆ ਰਹੀ ਇਹ ਕੀ ਚੀਜ਼ ਹੈ ਜੀ? ਇਹ ਟਬਰਕਲਿਨ ਸਕਿਨ ਟੈਸਟ ਹੈ ਜਿਹਨੂੰ ਮੋਂਟੋ ਟੈਸਟ ਵੀ ਕਿਹਾ ਜਾਂਦਾ ਮੋਂਟੋ ਟੈਸਟ ਹਾਂਜੀ ਇਹ 'ਚ ਆਪਾਂ ਕੀ ਕਰਦੇ ਹਾਂ ਕਿ ਬਾਂਹ ਦੇ ਉੱਤੇ ਇੱਕ ਟੀਕਾ ਲਗਾਉਂਦੇ ਹਾਂ ਜੀ ਔਰ ਉਹਨੂੰ 48 ਤੋਂ 72 ਘੰਟਿਆਂ ਦੇ ਵਿੱਚ ਫਿਰ ਰੀਡ ਕਰਦੇ ਹਾਂ ਵੀ ਇਹ 'ਚ ਕਿੰਨੀ ਇੰਡੂਰੇਸ਼ਨ ਹੋਈ ਇੰਡੂਰੇਸ਼ਨ ਹੁੰਦੀ ਹੈ ਸਕਿਨ ਹਾਰਡ ਹੋ ਜਾਂਦੀ ਹੈ ਜਿੱਥੇ ਮਤਲਬ ਜਿੱਥੇ ਟੀਕਾ ਲਗਾਇਆ ਉਹਦੇ ਆਸੇ ਪਾਸੇ 48 ਤੋਂ 72 ਘੰਟਿਆਂ ਦੇ ਵਿੱਚ ਸਕਿਨ ਹਾਰਡ ਹੋ ਜਾਂਦੀ ਹੈ ਸਕਿਨ ਹਾਰਡ ਇੰਡੂਰੇਸ਼ਨ ਜਿਹਨੂੰ ਇੰਗਲਿਸ਼ ਦੇ ਵਿੱਚ ਜੇ 10 mm ਤੋਂ ਯਾਨੀ 1 cm ਤੋਂ ਜ਼ਿਆਦਾ ਜਿਵੇਂ ਉਹ 'ਚ ਆਪਾਂ ਦੇਖਿਆ ਮਾਪ ਰਹੇ ਸੀਗੇ ਰੂਲਰ ਨਾਲ ਸਕੇਲ ਨਾਲ ਇਹ ਟੀਕਾ ਦੇ ਰਿਹਾ ਇੰਟਰਾਡਰਮਲ ਮੋਂਟੋ ਟੈਸਟ ਲਈ ਅੱਛਾ ਇਹ ਜਿਹੜਾ ਟਬਰਕਲਿਨ ਹਾਂਜੀ ਟਬਰਕਲਿਨ ਇੱਕ ਯੂਨਿਟ 2 TU ਲਗਾਉਂਦੇ ਆਪਾਂ 2 TU ਯੂਨਿਟ ਪਿਓਰੀਫਾਈਡ ਪ੍ਰੋਟੀਨ ਡੈਰੀਵੇਟਿਵ ਮਾਈਕੋਬੈਕਟੀਰੀਅਮ ਟੀ ਬੀ ਦਾ ਜੀ ਅਤੇ ਜੇ ਬਾਡੀ ਦੇ ਵਿੱਚ ਕਿਸੇ
ਜੀ ਪਰ ਜੇ ਫੁੱਲ ਜਾਂਦਾ 10 mm ਤੋਂ ਜ਼ਿਆਦਾ ਫਿਰ ਇਹ ਹੈ ਵੀ ਉਹਨੂੰ ਟੀਬੀ ਦੀ ਇਨਫੈਕਸ਼ਨ ਹੋਈ ਹੈ। ਡਾਕਟਰ ਸਾਹਿਬ ਕਿਸੇ ਵੀ ਟੀਬੀ ਮਤਲਬ ਸਰੀਰ 'ਚ ਕਿਤੇ ਵੀ ਟੀਬੀ ਹੋਏਗਾ ਤਾਂ ਇਸ ਤਰ੍ਹਾਂ ਦਾ ਕਿਸੇ ਵੀ ਜਗ੍ਹਾ ਅੰਗ ਦੀ ਟੀਬੀ ਹੋਵੇ ਤਾਂ ਉਹਦੇ 'ਚ ਜਿਵੇਂ ਦਿਖਾ ਰਹੇ ਆਪਾਂ 10 mm ਤੋਂ ਜ਼ਿਆਦਾ ਹੋ ਰਿਹਾ ਹੈ ਜੀ 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 1 cm ਤੋਂ ਜ਼ਿਆਦਾ ਤਾਂ ਜੇ 1 cm ਤੋਂ ਜ਼ਿਆਦਾ ਇੰਡੂਰੇਸ਼ਨ ਹੋ ਜਾਂਦੀ ਹੈ ਤਾਂ ਇਹਦਾ ਮਤਲਬ ਹੈ ਕਿ ਟੀਬੀ ਦੀ ਇਨਫੈਕਸ਼ਨ ਹੋਈ ਹੈ। ਪਰ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੂੰਗਾ ਕਿ ਟੀਬੀ ਦੀ ਇਨਫੈਕਸ਼ਨ ਅਤੇ ਟੀਬੀ ਦੀ ਬਿਮਾਰੀ ਜੀ ਦੋਨਾਂ 'ਚ ਬਹੁਤ ਜ਼ਿਆਦਾ ਫਰਕ ਹੁੰਦਾ। ਇਹ ਜ਼ਰਾ ਵਿਸਤਾਰ 'ਚ ਦੱਸੋ ਜੀ ਕੀ ਫਰਕ ਹੈ। ਹੁਣ ਜਿਵੇਂ ਅਸੀਂ ਟੀਬੀ ਦੇ ਮਰੀਜ਼ ਦੇਖਦੇ ਹਾਂ, ਸਾਡੇ ਕੋਲ ਟੀਬੀ ਦਾ ਮਰੀਜ਼ ਆ ਕੇ ਖਾਂਸੀ ਕਰਦਾ, ਉਹਦੀ ਬਲਗਮ ਦੇ ਵਿੱਚ ਟੀਬੀ ਦੇ ਕੀਟਾਣੂ ਹੈ ਜੀ ਜੀ ਜੀ, ਉਹ ਹਵਾ ਦੇ ਵਿੱਚ ਆਪਣੇ ਕੀਟਾਣੂ ਛੱਡ ਦਿੰਦਾ ਜੀ। ਅਸੀਂ ਜਦੋਂ ਉਹ ਹਵਾ 'ਚ ਬਰੀਦ ਕਰਦੇ ਹਾਂ, ਸਾਹ ਲੈਂਦੇ ਹਾਂ ਆਪਣੇ ਅੰਦਰ, ਤਾਂ ਉਹ ਟੀਬੀ ਦੇ ਕੀਟਾਣੂ ਸਾਹ ਨਾਲ ਸਾਡੇ ਸਰੀਰ ਦੇ ਵਿੱਚ ਐਂਟਰ ਕਰ ਜਾਂਦੇ, ਕੁਦਰਤੀ ਗੱਲ। ਹਾਂਜੀ ਜੀ, ਉਹਨੂੰ ਆਪਾਂ ਕਹਿੰਦੇ ਕਿ ਸਾਨੂੰ ਟੀਬੀ ਦੀ ਇਨਫੈਕਸ਼ਨ ਹੋ ਗਈ ਜੀ। ਸਾਨੂੰ ਵੀ ਹੋਈ ਵੀ ਹੈ, ਤੁਹਾਨੂੰ ਵੀ ਸ਼ਾਇਦ ਹੋਈ ਵੀ ਹੈ। ਅੱਛਾ, ਪਰ ਜਿਨ੍ਹਾਂ ਨੂੰ ਵੀ ਟੀਬੀ ਦੀ ਇਨਫੈਕਸ਼ਨ ਹੋਈ ਹੈ, ਕਿਉਂਕਿ ਸਰੀਰ ਦੇ ਵਿੱਚ ਰੋਗ ਨਾਲ ਲੜਨ ਦੀ ਤਾਕਤ ਹੈਗੀ ਹੈ ਜੀ, ਸਾਰਿਆਂ ਨੂੰ ਟੀਬੀ ਡਿਜ਼ੀਜ਼ ਨਹੀਂ ਹੋਏਗੀ ਇਨਫੈਕਸ਼ਨ ਤੋਂ ਬਾਅਦ ਜੀ ਜੀ ਜੀ। ਸਿਰਫ 10% ਲੋਕਾਂ ਨੂੰ ਹੀ ਟੀਬੀ ਦੀ ਬਿਮਾਰੀ ਹੁੰਦੀ ਹੈ ਟੀਬੀ ਇਨਫੈਕਸ਼ਨ ਤੋਂ ਬਾਅਦ ਪੂਰੀ ਲਾਈਫ ਦੇ ਵਿੱਚ ਜੀ। ਸੋ ਜਿਨ੍ਹਾਂ ਦਾ ਵੀ ਮੌਂਟੂ ਪੋਜ਼ਿਟਿਵ ਆ ਰਿਹਾ ਹੈ, ਟੈਸਟ ਪੋਜ਼ਿਟਿਵ ਆ ਰਿਹਾ, 10 mm ਤੋਂ ਜ਼ਿਆਦਾ ਆ ਰਿਹਾ ਜੀ, ਜ਼ਰੂਰੀ ਨਹੀਂ ਹੈ ਕਿ ਆਪਾਂ ਨੂੰ ਉਹਨਾਂ ਨੂੰ ਟੀਬੀ ਦੀ ਬਿਮਾਰੀ ਦਾ ਇਲਾਜ ਕਰਨ ਦੀ ਜ਼ਰੂਰਤ ਹੈ। ਇਹਦਾ ਮਤਲਬ ਹੈ ਕਿ ਉਹਨੂੰ ਟੀਬੀ ਦੀ ਇਨਫੈਕਸ਼ਨ ਹੋਈ ਹੈ, ਔਰ ਜੇ ਉਹਨਾਂ ਨੂੰ ਸਿਮਟਮ ਹੈ ਟੀਬੀ ਦੇ ਔਰ ਬਾਕੀ ਟੈਸਟਾਂ ਦੇ ਵਿੱਚ ਵੀ ਆ ਰਹੀ ਹੈ, ਜਿਵੇਂ ਐਕਸਰੇ ਦੇ ਵਿੱਚ ਵੀ ਆ ਰਹੀ ਹੈ, ਆਪਾਂ ਨੂੰ ਬਲਗਮ ਦੇ ਵਿੱਚ ਵੀ ਟੀਬੀ ਦਿਖ ਰਹੀ ਹੈ ਜੀ, ਤਾਂ ਉਹਨੂੰ ਫਿਰ ਟੀਬੀ ਦੇ ਇਲਾਜ ਦੀ ਜ਼ਰੂਰਤ ਹੈ। ਇਸ ਸਟੇਜ ਨੂੰ ਆਪਾਂ ਲੇਟ ਐਂਡ ਟੀਬੀ ਇਨਫੈਕਸ਼ਨ ਕਹਿੰਦੇ ਹਾਂ ਜੀ, ਕਿਉਂਕਿ ਇਨਫੈਕਸ਼ਨ ਤਾਂ ਹੋਊਗੀ ਜਿਵੇਂ ਸਾਨੂੰ ਵੀ ਹੋਊਗੀ, ਪਰ ਟੀਬੀ ਦੇ ਕੋਈ ਸਿਮਟਮ ਨਹੀਂ ਹੈ ਔਰ ਕਿਸੇ ਵੀ ਟੈਸਟ 'ਚੋਂ ਟੀਬੀ ਆਏਗੀ ਵੀ ਨਹੀਂ ਸਾਨੂੰ ਅਜੇ ਜੀ। ਡਾਕਟਰ ਸਾਹਿਬ ਇੱਕ ਜ਼ਮਾਨਾ ਸੀ ਜੇ ਪਤਾ ਲੱਗਦਾ ਸੀ ਕਿਸੇ ਬੰਦੇ ਨੂੰ ਟੀਬੀ ਹੋ ਗਈ ਤਾਂ ਸਿੱਧਾ ਸੋਚਿਆ ਜਾਂਦਾ ਸੀ ਇਹ ਮਰ ਗਿਆ। ਹਾਂਜੀ, ਵੀ ਇਹਦਾ ਕੋਈ ਇਲਾਜ ਪਰਮਾਨੈਂਟ ਨਹੀਂ ਹੋ ਸਕਦਾ। ਇੱਕ ਇਹ ਕਿਹਾ ਜਾਂਦਾ ਸੀ ਕਿ ਉਸ ਬੰਦੇ ਨੂੰ ਆਈਸੋਲੇਟ ਕਰ ਦਿੰਦੇ ਸੀ, ਆਪਣੇ ਪਰਿਵਾਰਾਂ ਤੋਂ ਵੀ ਦੂਰ ਕਰ ਦਿੰਦੇ ਸੀ। ਕੀ ਹੁਣ ਆਈਸੋਲੇਸ਼ਨ ਦੀ ਲੋੜ ਨਹੀਂ ਪੈਂਦੀ? ਕੀ ਇਹ ਬਿਮਾਰੀ ਇਨਫੈਕਸ਼ੀਅਸ ਨਹੀਂ ਹੈ? ਇਹ ਬਿਮਾਰੀ ਅਜੇ ਵੀ ਇਨਫੈਕਸ਼ੀਅਸ ਹੈ, ਪਰ ਇੱਕ ਪਹਿਲਾਂ ਹੁੰਦਾ ਸੀ ਕਿ ਆਪਾਂ ਸੈਨੇਟੋਰੀਅਮ ਬਣਾਏ ਸੀਗੇ, ਜਿਵੇਂ ਪੰਜਾਬ 'ਚ ਦੇਖਿਆ ਉਹਨਾਂ ਸੰਗਰੂਰ ਸੀਗਾ ਜਾਂ ਧਰਮਪੁਰ ਆਪਣੇ ਨੇੜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਧਰਮਪੁਰ ਦੇ ਵਿੱਚ ਟੀਬੀ ਸੈਨੇਟੋਰੀਅਮ ਬਣਿਆ ਸੀਗਾ ਜੀ, ਜਿਹਨੂੰ ਵੀ ਟੀਬੀ ਹੁੰਦੀ ਸੀ ਉੱਥੇ ਉਹਨੂੰ ਛੱਡਤਾ ਜਾਂਦਾ ਸੀਗਾ ਜੀ, ਤਾਂ ਕਿ ਉਹ ਬਾਕੀ ਲੋਕਾਂ ਨੂੰ ਇਨਫੈਕਸ਼ਨ ਨਾ ਕਰੇ, ਨੰਬਰ 1। ਨੰਬਰ 2 ਇਹ ਆ ਵੀ ਉੱਥੇ ਹੈਲਦੀ ਖੁਰਾਕ, ਸਨਲਾਈਟ, ਇਹਨਾਂ ਚੀਜ਼ਾਂ ਨਾਲ ਬੋਡੀ ਦੀ ਇਮਿਊਨਿਟੀ ਬਣ ਜਾਂਦੀ ਸੀਗੀ ਔਰ ਉਹ ਕਈ ਵਾਰੀ ਟੀਬੀ ਤੋਂ ਠੀਕ ਹੋ ਜਾਂਦਾ, ਟੀਬੀ ਤੋਂ ਮੁਕਤ ਹੋ ਜਾਂਦਾ ਸੀ ਜੀ ਜੀ ਜੀ, ਸਪੈਸ਼ਲੀ ਜੇ ਸ਼ੁਰੂਆਤੀ ਟੀਬੀ ਹੋਈ ਹੈ ਉਹਨੂੰ ਅਜੇ ਤੱਕ ਜੀ। ਪਰ ਹੁਣ ਆਪਣੇ ਕੋਲ ਟੀਬੀ ਦੀ ਇੰਨੀ ਕਾਰਗਰ ਦਵਾਈਆਂ ਮੌਜੂਦ ਹੈ ਜੀ ਕਿ ਸਾਨੂੰ ਇਹਨੂੰ ਆਈਸੋਲੇਟ ਕਰਨ ਦੀ ਜਾਂ ਇਹਨੂੰ ਸੈਨੇਟੋਰੀਅਮ ਦੀ ਜ਼ਰੂਰਤ ਨਹੀਂ ਹੈ। ਇੰਡੀਆ ਦੇ ਵਿੱਚ ਮਦਰਾਸ ਦੇ ਵਿੱਚ ਇੱਕ ਸਟੱਡੀ ਹੋਈ ਸੀਗੀ ਜਿਹਦੇ ਬੇਸ ਦੇ ਉੱਤੇ ਅਸੀਂ ਇਹ ਦੇਖਿਆ ਕਿ ਡੋਮੀਸੈਲਰੀ ਟ੍ਰੀਟਮੈਂਟ ਜਿਹੜੀ ਆ ਉਹ ਬੈਟਰ ਤਰੀਕਾ ਹੈ। ਡੋਮੀਸੈਲਰੀ ਮਤਲਬ ਘਰ ਦੇ ਵਿੱਚ ਰੱਖ ਕੇ ਮਰੀਜ਼ ਨੂੰ ਬਿਨਾਂ ਆਈਸੋਲੇਟ ਕੀਤੇ ਜੀ ਉਹਨੂੰ ਇਫੈਕਟਿਵ ਐਂਟੀ ਟੀਬੀ ਡਰੱਗਸ ਦੇ ਉੱਤੇ ਪਾ ਕੇ ਆਪਾਂ ਟੀਬੀ ਨੂੰ ਠੀਕ ਕਰ ਸਕਦੇ ਹਾਂ ਜੀ। ਪਰ ਡਾਕਟਰ ਸਾਹਿਬ ਇੱਕ ਗੱਲ ਦੱਸੋ ਕਿ ਜੇ ਟੀਬੀ ਹੋ ਗਿਆ ਹਾਂਜੀ ਅਤੇ ਘਰ ਦੇ ਉਹਨਾਂ ਤੋਂ ਡਰਦੇ ਹੋਣਗੇ ਤਾਂ ਪ੍ਰੀਕੋਸ਼ਨਸ ਕੀ ਲੈਣੇ? ਇਸ ਗੱਲ 'ਤੇ ਆਪਾਂ ਆਵਾਂਗੇ, ਇੱਕ ਜ਼ਰਾ ਫੋਨ ਕਾਲ ਹੈ ਦਰਸ਼ਕ ਦੇ ਆਪਾਂ ਅਟੈਂਡ ਕਰ ਲਈਏ। ਹਾਂਜੀ, ਕੌਣ ਬੋਲ ਰਹੇ ਹੋ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ? ਗੁਰਜਿੰਦਰ ਸਿੰਘ ਬੋਲ ਰਿਹਾ ਟੰਡੇ ਤੋਂ। ਗੁਰਜਿੰਦਰ ਜੀ, ਜੀ ਆਇਆਂ ਨੂੰ, ਆਪਣਾ ਸਵਾਲ ਕਹੋ। ਹਾਂਜੀ, ਸਵਾਲ ਮੇਰਾ ਇਹ ਹੈ, ਮੇਰੇ ਬੇਟੇ ਨੂੰ ਨਾ ਕੁਝ ਦਿਨ ਬੁਖਾਰ ਚੜਦਾ ਰਿਹਾ 7-10 ਦਿਨ ਜੀ ਜੀ, ਹਾਲੇ ਤੱਕ ਆਪਣਾ ਵਿਸ਼ਾ ਟੀਵੀ ਤੇ ਥੋੜਾ ਜਿਹਾ ਹੱਟੀ ਗੱਲ ਕਰਨੀ ਚਾਹਾਂ ਸਰ। ਹਾਂਜੀ ਹਾਂਜੀ, ਉਹਦੇ ਬਾਅਦ ਫਿਰ ਰਿਕਾਰਡਿੰਗ ਉਹਦੇ ਜਿਹੜੇ ਸੈੱਲ ਹੁੰਦੇ ਜਿਹਾ ਉੱਤੇ ਵੀ ਕਿਹਨੋਂ ਘੱਟ ਗਈ ਸੀ, ਸਿਰਫ 40,000 ਰਹਿ ਗਈ ਸੀ। ਅੱਛਾ ਜੀ, ਉਸ ਤੋਂ ਬਾਅਦ ਹੁਣ ਟਿਕ ਕਰਵਾਇਆ, ਹੁਣ 1,50,000 ਤੋਂ ਪਲੱਸ ਆ ਜੀ ਜੀ। ਹਾਂਜੀ, ਤੇ ਮਤਲਬ ਉਹਦਾ ਸਿਰ ਨਹੀਂ ਹੱਟਦਾ, ਸਿਰ ਬਹੁਤ ਜ਼ਿਆਦਾ ਦਰਦ ਕਰਦਾ ਰਹਿੰਦਾ, ਇਹਦੇ ਵਾਸਤੇ ਤੁਸੀਂ ਦੱਸੋ ਕੋਈ ਟ੍ਰੀਟਮੈਂਟ? ਠੀਕ ਹੈ ਗੁਰਿੰਦਰ, ਤੁਸੀਂ ਫੋਨ ਕੀਤਾ, ਬਹੁਤ ਮਿਹਰਬਾਨੀ। ਸਾਡਾ ਅੱਜ ਦਾ ਵਿਸ਼ਾ ਟਿਊਬਰਕਲੋਸਿਸ ਹੈ, ਪਰ ਫਿਰ ਵੀ ਥੋੜ੍ਹਾ ਜਿਹਾ ਨਾਲ ਲਗਵੀਂ ਗੱਲ ਡਾਕਟਰ ਸਾਹਿਬ ਚਾਨਣਾ ਪਾ ਦਿਓ। ਹਾਂਜੀ, ਜਿਹੜਾ ਤੁਸੀਂ ਕਹਿ ਰਹੇ ਹੋ ਬੁਖਾਰ ਹੋਇਆ ਅਤੇ ਉਹਦੇ ਨਾਲ ਉਹਦਾ ਸੈੱਲ ਘੱਟ ਗਏ ਜੀ, ਜਨਰਲੀ ਜਿੰਨੀਆਂ ਵੀ ਵਾਇਰਲ ਡਿਜ਼ੀਜ਼ ਹੈ ਇਹਨਾਂ ਵਿੱਚ ਪਲੇਟਲੈਟ ਸੈੱਲ ਜਿਹੜੇ ਜਿਹਨਾਂ ਨੂੰ ਆਪਾਂ ਸੈੱਲ ਹੀ ਜਨਰਲੀ ਕਹਿੰਦੇ ਹਾਂ, ਪਲੇਟਲੈਟ ਘੱਟ ਜਾਂਦੇ ਆ ਜੀ। ਡੈਂਗੀ ਇੱਕ ਇਗਜ਼ਾਮਪਲ ਹੈ, ਉਹਦੀ ਕਲਾਸੀਕਲ ਇਗਜ਼ਾਮਪਲ ਹੈ, ਜਿਹਦੇ ਵਿੱਚ ਕਾਫੀ ਜ਼ਿਆਦਾ ਪਲੇਟਲੈਟ ਘੱਟ ਜਾਂਦੇ। ਵੈਸੇ ਵੀ ਦੇਖਿਆ ਗਿਆ ਕਿ ਬਹੁਤ ਸਾਰੀਆਂ ਵਾਇਰਲ ਡਿਜ਼ੀਜ਼ ਦੇ ਵਿੱਚ ਪਲੇਟਲੈਟ ਜਿਹੜੇ ਘੱਟ ਜਾਂਦੇ ਆ, ਸੋ ਹੋ ਸਕਦਾ ਉਹਨੂੰ ਕੋਈ ਸੀਜ਼ਨਲ ਵਾਇਰਲ ਡਿਜ਼ੀਜ਼ ਕੋਈ ਸੀਜ਼ਨਲ ਫਲੂ ਵਗੈਰਾ। ਇਹ ਕਹਿ ਰਹੇ ਕਿ ਘਟ ਗਏ ਸੀ, ਵੱਧ ਗਏ, ਪਰ ਹੁਣ ਸਿਰ ਦੁੱਖ ਰਿਹਾ, ਬਸ ਉਹਦੇ ਵਾਸਤੇ ਕੀ ਕਰੀਏ? ਜਿਹੜਾ ਸਿਰ ਦੁੱਖਦਾ ਨਾ, ਉਹੀ ਮੈਂ ਤੁਹਾਨੂੰ ਦੱਸ ਰਿਹਾ, ਉਹ ਹੋ ਸਕਦਾ ਉਹਦਾ ਹੀ ਇੱਕ ਆਫਟਰ ਇਫੈਕਟ ਰਹਿ ਗਿਆ ਹੋਵੇ, ਕੋਈ ਵਾਇਰਲ ਜਿਹੜੀ ਡਿਜ਼ੀਜ਼ ਹੋਈ ਹੈ। ਬਹੁਤ ਸਾਰੀਆਂ ਵਾਇਰਲ ਡਿਜ਼ੀਜ਼ ਤੋਂ ਕੁਝ ਸਮੇਂ ਬਾਅਦ ਤੱਕ ਬਾਡੀ ਇੱਕ ਸਾਈਡ ਇੱਕ ਲਥਾਰਜੀ, ਥੋੜ੍ਹਾ ਥੋੜ੍ਹਾ ਸਰੀਰ ਦਾ ਟੁੱਟਣਾ, ਇਹ ਆਮ ਕਾਮਨ ਹੀ ਹੈਗੀ ਹੈ। ਇਹਨੂੰ ਕੁਝ ਸਮੇਂ ਤੱਕ ਤੁਸੀਂ ਵਾਚ ਕਰੋ, ਜੇ ਨਹੀਂ ਠੀਕ ਹੁੰਦਾ ਫਿਰ ਆਪਣੇ ਕਿਸੇ ਡਾਕਟਰ ਨੂੰ ਦਿਖਾਓ, ਕਿਉਂਕਿ ਬਹੁਤ ਸਾਰੀਆਂ ਪੋਸੀਬਿਲਿਟੀਜ਼ ਹੈ ਇਹਦੇ ਵਿੱਚ ਜੀ। ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀ ਕਿ ਅੱਜ ਕੱਲ੍ਹ ਤੁਸੀਂ ਕਿਹਾ ਵੀ ਘਰ 'ਚ ਰੱਖਣਾ ਚਾਹੀਦਾ ਮਰੀਜ਼ ਨੂੰ,
ਜਿਹੜੀ ਵਧੀਆ ਐਂਟੀ ਟੀਬੀ ਡਰੱਗਸ ਦੇ ਉੱਤੇ ਪਾ ਦੇਣਾ ਚਾਹੀਦਾ ਤਾਂ ਕਿ ਉਹ ਨੋਨ ਇਨਫੈਕਸ਼ੀਅਸ ਹੋ ਜਾਏ ਤੇ ਬਾਕੀ ਨੂੰ ਫੇਰ ਬਿਮਾਰੀ ਨਾ ਕਰੇ ਅੱਗੇ। ਇਸ ਤੋਂ ਇਲਾਵਾ ਜਿਹੜਾ ਮੇਰੇ ਪੇਸ਼ੈਂਟ ਨੂੰ ਆਪਣਾ ਕਫ ਐਟੀਕੇਟ ਤੇ ਕਫ ਹਾਈਜੀਨ ਬਾਰੇ ਖਾਸ ਧਿਆਨ ਰੱਖਣਾ, ਦੋਨਾਂ ਮੈਂ ਥੋੜਾ ਫਰਕ ਥੋੜਾ ਦੱਸ ਦਿਓ ਜੀ। ਕਫ ਐਟੀਕੇਟਸ ਕੀ ਨੇ? ਕਫ ਹਾਈਜੀਨ ਹੈ ਕਿ ਜਦੋਂ ਤੁਸੀਂ ਖੰਘਣਾ ਇੱਧਰ ਉੱਧਰ ਥੁੱਕਣਾ ਨਹੀਂ ਹੈ, ਜੇ ਥੁੱਕਣਾ ਤਾਂ ਟੱਕਣ ਵਾਲੇ ਡੱਬੇ ਦੇ ਵਿੱਚ ਥੁੱਕਣਾ ਜੀ, ਜਾਂ ਫਿਰ ਫਲੱਸ਼ ਦੇ ਵਿੱਚ ਥੁੱਕਣਾ ਉੱਤੋਂ ਫਲੱਸ਼ ਕਰ ਦੇਣਾ, ਜਾਂ ਨਾਲੀ 'ਚ ਥੁੱਕ ਕੇ ਪਾਣੀ ਪਾ ਦੇਣਾ, ਜਾਂ ਪਿੰਡਾਂ ਦੇ ਵਿੱਚ ਕੋਈ ਟੋਇਆ ਪੱਟ ਕੇ ਘਰ ਕੱਚੇ ਹੁੰਦੇ ਆ ਉੱਥੇ ਥੁੱਕ ਕੇ ਉਹਦੇ ਉੱਤੇ ਮਿੱਟੀ ਪਾ ਦੇਣਾ, ਹਾਂਜੀ, ਤਾਂ ਕਿ ਉਹ ਹਵਾ 'ਚ ਕੀਟਾਣੂ ਨਾ ਜਾਣ, ਜੀ ਬਿਲਕੁਲ, ਐਰੋਸੋਲਾਈਜ਼ ਨਾ ਹੋ, ਜੀ ਬਿਲਕੁਲ। ਇਸੇ ਤਰ੍ਹਾਂ ਕਫ ਐਟੀਕੇਟਸ ਹੈ ਸਾਡੇ ਕਿ ਜਦੋਂ ਆਪਾਂ ਦੇਖ ਰਹੇ ਹਾਂ ਕਿ ਮੈਨੂੰ ਖਾਂਸੀ ਆ ਰਹੀ ਹੈ, ਕੋਈ ਆਪਾਂ ਓਪਨ ਏਰੀਆ ਚੱਲ ਜਾਈਏ ਜੀ, ਜਿਹੜਾ ਬੰਦ ਜਗ੍ਹਾ ਨਾ ਹੋਵੇ, ਆਸੇ ਪਾਸੇ ਲੋਕ ਨਾ ਹੋਣ, ਜਾਂ ਖਾਂਸੀ ਕਰਨ ਵੇਲੇ ਆਪਾਂ ਮੂੰਹ 'ਤੇ ਕੋਈ ਕੱਪੜਾ ਬੰਨ ਲਈਏ ਜਾਂ ਹੱਥ ਰੱਖ ਲਈਏ, ਜੇ ਕੁਛ ਵੀ ਨਹੀਂ ਹੈ ਤਾਂ ਆਪਾਂ ਆਪਣਾ ਅਪਰ ਸਲੀਵ 'ਚ ਇਸ ਤਰ੍ਹਾਂ ਖਾਂਸੀ ਕਰ ਸਕਦੇ ਤਾਂ ਕਿ ਦੂਜਿਆਂ ਨੂੰ ਆਪਣੇ ਤੋਂ ਇਨਫੈਕਸ਼ਨ ਨਾ ਹੋ। ਜੀ ਜੀ ਡਾਕਟਰ ਸਾਹਿਬ, ਮੈਂ ਇੱਕ ਬੜਾ ਸਿੰਪਲ ਜਿਹਾ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ। ਤੁਹਾਡੇ ਕੋਲ ਤਾਂ ਲੱਖਾਂ ਮਰੀਜ਼ ਆਉਂਦੇ, ਹਜ਼ਾਰਾਂ ਮਰੀਜ਼ ਆਉਂਦੇ, ਤੁਸੀਂ ਆਪਣੇ ਆਪ ਨੂੰ ਕਿੱਦਾਂ ਬਚਾਉਂਦੇ ਆ ਇਹ ਸਾਡੇ ਲੋਕਾਂ ਨੂੰ ਦੱਸ ਦਿਓ ਤਾਂ ਕਿ ਉਹ ਵੀ ਆਪਣੇ ਆਪ ਨੂੰ ਉਸੇ ਤਰ੍ਹਾਂ ਬਚਾ ਲੈਣ ਜਿਵੇਂ ਤੁਸੀਂ ਬਚਾਉਂਦੇ ਹੋ? ਜਿਹੜਾ ਤਾਂ ਬਚਾਉਣ ਦਾ ਇਹ ਹੈਗਾ, ਜਿਵੇਂ ਸਾਡੀ ਓਪੀਡੀ 'ਚ ਬਹੁਤ ਸਾਰੇ ਟੀਬੀ ਦੇ ਪੇਸ਼ੈਂਟ ਆਉਂਦੇ ਆ, ਸੋ ਪਹਿਲੀ ਗੱਲ ਤਾਂ ਇਹ ਵੀ ਜਿਹੜਾ ਪਰਸਨਲ ਪ੍ਰੋਟੈਕਟਿਵ ਡਿਵਾਈਸ ਤੋਂ ਬਹੁਤ ਬਾਅਦ ਦੀ ਗੱਲ ਆ, ਪਹਿਲਾਂ ਤਾਂ ਇੰਜੀਨੀਅਰਿੰਗ ਜਿਹੜੇ ਉਪਰਾਲੇ ਕੀਤੇ ਜਾਣੇ ਚਾਹੀਦੇ ਆ। ਟੀਵੀ ਦੀ ਓਪੀਡੀ ਹਵਾਦਾਰ ਹੋਣੀ ਚਾਹੀਦੀ ਹੈ ਜੀ, ਐਗਜ਼ੌਸਟ ਲੱਗੇ ਹੋਣੇ ਚਾਹੀਦੇ, ਖਿੜਕੀਆਂ ਖੁੱਲੀਆਂ ਹੋਣੀਆਂ ਚਾਹੀਦੀਆਂ, ਦਰਵਾਜ਼ੇ ਇਸੇ ਤਰ੍ਹਾਂ ਹੀ ਜੀ। ਕਈ ਵਾਰੀ ਲੋਕ ਕਹਿੰਦੇ ਆ ਵੀ ਉਹਦੇ ਭਾਂਡੇ ਅਲੱਗ ਕਰਤੇ ਜੀ, ਬਿਸਤਰੇ ਅਲੱਗ ਕਰਤੇ, ਟਾਵਲ ਅਲੱਗ ਕਰਤੇ, ਉਹਦੀ ਜ਼ਰੂਰਤ ਨਹੀਂ ਹੈ। ਟੀਵੀ ਕਦੇ ਵੀ ਕਿਸੇ ਮਾਧਿਅਮ ਦੇ ਨਾਲ ਨਹੀਂ ਫੈਲਦੀ, ਇਹ ਡਾਇਰੈਕਟ ਮੈਨ ਟੂ ਮੈਨ ਫੈਲਦੀ ਹੈ। ਜਦੋਂ ਆਪਾਂ ਖਾਂਸੀ ਕਰਦੇ ਹਾਂ, ਬੋਲਦੇ ਹਾਂ, ਛਿੱਕ ਮਾਰਦੇ ਹਾਂ, ਤਾਂ ਹਵਾ ਦੇ ਵਿੱਚ ਕੀਟਾਣੂ ਛੱਡਦੇ ਹਾਂ, ਔਰ ਉਹ ਕੀਟਾਣੂ ਹੀ ਦੂਜਿਆਂ ਨੂੰ ਜਿਹੜੇ ਆ ਉਹ ਇਨਫੈਕਟ ਕਰ ਸਕਦੇ ਹਾਂ ਜੀ ਜੀ। ਸੋ ਇਸ ਕਰਕੇ ਜਦੋਂ ਆਪਾਂ ਖਾਂਸੀ ਕਰਦੇ ਹਾਂ ਤਾਂ ਆਪਣੇ ਕੀਟਾਣੂ ਮੈਕਸੀਮਮ 6 ਫੀਟ ਤੱਕ ਜਾਂਦੇ ਆ ਜੀ। ਸੋ ਜਿਹੜਾ ਦੂਜਾ ਵਿਅਕਤੀ ਉਹ 6 ਫੀਟ ਤੋਂ ਦੂਰ ਰਹੇ, ਠੀਕ ਠੀਕ ਹੈ। ਜਿਹੜਾ ਮਰੀਜ਼ ਦਾ ਕਮਰਾ ਉਹ ਖੁੱਲ੍ਹਾ ਹਵਾਦਾਰ ਹੋਵੇ ਅਤੇ ਐਗਜ਼ੌਸਟ ਲੱਗੇ ਹੋਣ, ਠੀਕ ਹੈ, ਏਅਰ ਐਕਸਚੇਂਜਿਸ ਹੋਣ, ਖਿੜਕੀਆਂ ਦਰਵਾਜ਼ੇ ਖੁੱਲ੍ਹੇ ਰਹਿਣ, ਇਹ ਨਹੀਂ ਵੀ ਜਿਵੇਂ ਸਰਦੀਆਂ 'ਚ ਆਪਾਂ ਬੰਦ ਕਰ ਦਿੰਦੇ ਇਸ ਤਰ੍ਹਾਂ ਹੋਵੇ। ਸੋ ਨਾਲ ਉਹਨੂੰ ਟੀ ਬੀ ਦੀਆਂ ਦਵਾਈਆਂ ਸ਼ੁਰੂ ਕੀਤੀਆਂ ਜਾਣ ਤਾਂ ਉਹ ਆਲਮੋਸਟ 2-3 ਹਫ਼ਤਿਆਂ ਦੇ ਵਿੱਚ ਨੋਨ ਇਨਫੈਕਸ਼ਸ ਹੋ ਜਾਂਦਾ ਹੈ। ਮਤਲਬ 2-3 ਹਫ਼ਤੇ ਜੇ ਦਵਾਈ ਲੈ ਲਈ, ਉਦੋਂ ਬਾਅਦ ਇਨਫੈਕਸ਼ਨ ਦਾ ਚਾਂਸ, ਉਸ ਤੋਂ ਬਾਅਦ ਇਨਫੈਕਸ਼ਨ ਚਾਂਸ ਬਹੁਤ ਜ਼ਿਆਦਾ ਘੱਟ ਜਾਂਦੇ ਆ। ਅੱਛਾ ਅੱਛਾ ਡਾਕਟਰ ਸਾਹਿਬ, ਖਾਨਦਾਨੀ ਰਵਾਇਤ ਕਿੰਨੀ ਕੁ ਇਹਦੇ 'ਚ, ਹੈਰੀਡਿਟੀ ਕਿੰਨਾ ਕੁ ਚੱਲਦਾ ਟਿਊਬਰਕਲੋਸਿਸ? ਹਾਂਜੀ, ਇਹ ਵੀ ਸਾਡੇ ਕੋਲ ਬਹੁਤ ਵਾਰੀ ਇੱਦਾਂ ਦੇ ਪੇਸ਼ੈਂਟ ਆਉਂਦੇ ਜਿਹਨੂੰ ਆਪਾਂ ਦੱਸਦੇ ਹਾਂ ਪਹਿਲੀ ਵਾਰ ਵੀ ਤੁਹਾਨੂੰ ਟੀ ਬੀ ਹੋਈ ਹੈ, ਤਾਂ ਉਹ ਅੱਗੇ ਉਹਨਾਂ ਦਾ ਰਿਸਪੋਂਸ ਇਹੀ ਹੁੰਦਾ ਕਿ ਸਾਡੇ ਤਾਂ ਨਹੀਂ ਪਰਿਵਾਰ 'ਚ, ਸਾਡੇ ਪੁਰਖਾਂ 'ਚ ਕਦੇ ਕਿਸੇ ਨੂੰ ਹੋਈ, ਸਾਨੂੰ ਕਿੱਥੋਂ ਹੋ ਗਈ। ਜੀ ਜੀ ਜੀ, ਪਰ ਇਸ ਤਰ੍ਹਾਂ ਨਹੀਂ ਹੈ, ਟੀ ਬੀ ਕੋਈ ਹੈਰੀਡਿਟਰੀ ਡਿਜ਼ੀਜ਼ ਨਹੀਂ ਹੈ, ਇਹ ਤਾਂ ਇੱਕ ਇਨਫੈਕਸ਼ਨ ਹੈ ਜੀ। ਜੇ ਸਾਡੇ ਬਜ਼ੁਰਗਾਂ ਨੂੰ ਨਹੀਂ ਹੋਈ ਤਾਂ ਜ਼ਰੂਰੀ ਨਹੀਂ ਹੈ ਸਾਨੂੰ ਨਹੀਂ ਹੋਏਗੀ, ਉਹਨਾਂ ਨੂੰ ਇਨਫੈਕਸ਼ਨ ਨਹੀਂ ਹੋਈ, ਆਪਾਂ ਨੂੰ ਇਨਫੈਕਸ਼ਨ ਹੋਈ। ਪਰ ਜੇ ਉਹਨਾਂ ਨੂੰ ਹੋਈ ਹੋਈ ਤਾਂ ਕੀ ਹੈ, ਜ਼ਰੂਰੀ ਅੱਗੇ ਵੀ ਆਏਗੀ? ਨਹੀਂ, ਉਹ ਕਲਸਟਰਿੰਗ ਹੁੰਦੀ ਕੇਸਿਸ ਦੀ, ਜੇ ਤਾਂ ਘਰ 'ਚ ਕਿਸੇ ਨੂੰ ਵੀ ਟੀ ਬੀ ਹੈ ਤਾਂ ਜਿੰਨੇ ਕਲੋਜ਼ ਕੰਟੈਕਟ ਹੈ ਉਹਨਾਂ ਨੂੰ ਕਦੇ ਵੀ ਖਾਂਸੀ ਬੁਖਾਰ ਰਹਿਣ ਲੱਗੇ, ਵੇਟ ਘਟਣ ਲੱਗੇ, ਉਹਨਾਂ ਨੂੰ ਆਪਣੀ ਜਾਂਚ ਕਰਾਉਂਦੇ ਰਹਿਣਾ ਚਾਹੀਦਾ ਜੀ। ਮਤਲਬ ਪ੍ਰੋਨ ਤਾਂ ਹੈਗੀ, ਹਾਂਜੀ ਬਿਲਕੁਲ, ਉਹਨਾਂ ਨੂੰ ਚਾਂਸਿਸ ਵੀ ਜ਼ਿਆਦਾ, ਉਹਨਾਂ ਨੂੰ ਬਾਰ ਬਾਰ ਐਕਸਪੋਜ਼ਰ ਹੋ ਰਿਹਾ ਟੀ ਬੀ। ਹੋਰ ਕਿਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਟੀ ਬੀ ਹੋਣ ਦੇ ਚਾਂਸਿਸ ਜ਼ਿਆਦਾ ਨੇ? ਹਾਂਜੀ, ਇਹ ਵੀ ਬਹੁਤ ਮਹੱਤਵਪੂਰਨ ਗੱਲ ਹੈ ਕਿ ਜਿਹੜੇ ਖਾਸ ਕਰਕੇ ਆਪਣੇ ਐਚ ਆਈ ਵੀ ਪੋਜ਼ਿਟਿਵ ਲੋਕ ਹੈ, ਜਿਨ੍ਹਾਂ 'ਚ ਐਚ ਆਈ ਵੀ ਏਡਸ ਜਿਹਨੂੰ ਆਪਾਂ ਕਹਿੰਦੇ ਹਾਂ, ਜੀ ਜੀ, ਐਚ ਆਈ ਵੀ ਦੀ ਇਨਫੈਕਸ਼ਨ ਹੈ, ਉਹਦੇ 'ਚ ਐਚ ਆਈ ਵੀ ਵਾਇਰਸ ਜਿਹੜੇ ਆ ਆਪਣੇ ਬੋਡੀ ਦੇ ਇਮਿਊਨ ਸੈਲਸ ਨੂੰ ਉਹ ਕਮਜ਼ੋਰ ਕਰ ਦਿੰਦੇ ਆ, ਤੋੜ ਦਿੰਦੇ ਆ, ਜੀ ਜੀ, ਉਹਦੇ ਕਰਕੇ ਜਿਹੜਾ ਵਿਅਕਤੀ ਹੈ ਉਹਨੂੰ ਟੀ ਬੀ ਹੋਣ ਦੇ ਚਾਂਸਿਸ ਵੱਧ ਜਾਂਦੇ ਆ। ਕੋਈ ਵੀ ਇਨਫੈਕਸ਼ਨ ਹੋਣ ਦੇ ਚਾਂਸਿਸ? ਇਸੇ ਤਰ੍ਹਾਂ ਹੀ, ਹਾਂਜੀ ਬਿਲਕੁਲ, ਟੀ ਬੀ ਸਾਰਿਆਂ ਨਾਲ ਕਾਮਨ ਓਪਰਚੁਨਿਸਟਿਕ ਇਨਫੈਕਸ਼ਨ ਹੈ ਐਚ ਆਈ ਵੀ ਦੇ ਵਿੱਚ। ਜੀ ਜੀ, ਇਸੇ ਤਰ੍ਹਾਂ ਹੀ ਕੋਈ ਪੇਸ਼ੈਂਟ ਡਾਇਬਟਿਕ ਹੈ ਜੀ, ਮਧੂਮੇਹ ਹੈ, ਉਹਦੇ ਵਿੱਚ ਵੀ ਟੀ ਬੀ ਹੋਣ ਦੇ ਚਾਂਸਿਸ ਸ਼ੂਗਰ ਵਿੱਚ ਜਿਹਨੂੰ ਟਬੈਕੋ ਯੂਜਰਸ ਹੈ ਉਹਨਾਂ ਦੇ ਵਿੱਚ ਵੀ ਟੀ ਬੀ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਆ ਜੀ। ਇਸੇ ਤਰ੍ਹਾਂ ਹੀ ਕੁਛ ਹੋਰ ਡਿਜ਼ੀਜ਼ ਹੈ ਜਿਵੇਂ ਕ੍ਰੋਨਿਕ ਰੀਨਲ ਡਿਜ਼ੀਜ਼ ਹੈ, ਕੋਈ ਪੇਸ਼ੈਂਟ ਸਟੀਰੋਇਡ ਲੈ ਰਿਹਾ ਲੰਬੇ ਟਾਈਮ ਕਿਸੇ ਬਿਮਾਰੀ ਲਈ, ਜੋੜਾਂ ਦੇ ਦਰਦ ਲਈ ਜਾਂ ਕਿਸੇ ਸਾਹ ਦੀ ਤਕਲੀਫ ਲਈ ਜਾਂ ਕਿਸੇ ਹੋਰ ਬਿਮਾਰੀ ਲਈ ਸਟੀਰੋਇਡ ਲੈ ਰਿਹਾ ਬਹੁਤ ਲੰਬੇ ਟਾਈਮ ਤੋਂ, ਉਹਨੂੰ ਟੀ ਬੀ ਹੋਣ ਦੇ ਚਾਂਸਿਸ ਜ਼ਿਆਦਾ ਹੈ ਜੀ ਜੀ। ਇਸੇ ਤਰ੍ਹਾਂ ਕਿਸੇ ਦਾ ਕੋਈ ਅੰਗ ਚੇਂਜ ਹੋਇਆ, ਬੋਡੀ ਪਾਰਟ ਚੇਂਜ ਹੋਇਆ, ਉਸ ਤੋਂ ਬਾਅਦ ਆਪਾਂ ਦਿੰਦੇ ਹਾਂ ਮੀਨੋ ਸਪਰੈਸਿਵ ਡਰੱਗਸ ਦਿੰਦੇ ਹਾਂ ਜੀ ਜੀ, ਜਿਹਦੇ ਕਰਕੇ ਫਿਰ ਉਹਨੂੰ ਟੀ ਬੀ ਹੋਣ ਦੇ ਚਾਂਸਿਸ ਵੱਧ ਜਾਂਦੇ ਆ। ਮਤਲਬ ਕਿਸੇ ਵੀ ਚੀਜ਼ ਨਾਲ ਰੈਜ਼ਿਸਟੈਂਸ ਵੀਕ ਹੈ ਤਾਂ ਟੀ ਬੀ, ਜਿੱਥੇ ਵੀ ਰੈਜ਼ਿਸਟੈਂਸ ਵੀਕ ਹੋਏਗੀ ਬੋਡੀ ਦੇ ਵਿੱਚ ਉੱਥੇ ਟੀ ਬੀ ਹੋਣ ਦੇ ਚਾਂਸਿਸ ਵੱਧ ਜਾਂਦੇ। ਅਕਸਰ ਟ੍ਰੀਟਮੈਂਟ ਦੀ ਗੱਲ ਕਰ ਰਹੇ ਸੀ ਆਪਾਂ, ਇੱਕ ਦਰਸ਼ਕ ਸਾਡੇ ਵਿਹੜੇ ਵਿੱਚ, ਦਰਸ਼ਕ ਕੋਈ ਦਸਤਕ ਦੇ ਰਹੇ ਨੇ, ਉਹਨਾਂ ਨਾਲ ਪਹਿਲੇ ਗੱਲ ਕਰ ਲਈਏ। ਹਾਂਜੀ, ਕੌਣ ਬੋਲ? ਹੈਲੋ, ਹੈਲੋ, ਹਾਂਜੀ ਹਾਂਜੀ ਡਾਕਟਰ ਨਮਸਕਾਰ। ਨਮਸਕਾਰ ਵਰਿੰਦਰ ਜੀ, ਜੀ ਆਇਆਂ ਨੂੰ। ਥੈਂਕ ਯੂ ਜੀ ਡਾਕਟਰ। ਮੇਰਾ ਨਾ, ਹਾਂਜੀ ਡਾਕਟਰ, ਮੇਰਾ ਦੋਸਤ ਹੈ, ਉਹਨੂੰ ਟੀ ਬੀ ਹੋ ਗਈ ਸੀ ਜੀ। ਅੱਛਾ ਜੀ।
ਹਾਂਜੀ ਟੀਬੀ ਦਾ ਟ੍ਰੀਟਮੈਂਟ ਹੋਣ ਤੋਂ ਬਾਅਦ ਵੀ ਟੀਬੀ ਦੁਬਾਰਾ ਹੋ ਸਕਦੀ ਹੈ, ਕਿਓਰ ਹੋਣ ਤੋਂ ਬਾਅਦ ਵੀ ਦੁਬਾਰਾ ਹੋ ਸਕਦੀ ਹੈ। ਉਹਦੇ ਦੋ ਕਾਰਨ ਹੁੰਦੇ ਬੇਸਿਕਲੀ, ਇੱਕ ਤਾਂ ਇਹ ਵੀ ਟੀਬੀ ਦੇ ਕੀਟਾਣੂ ਪੂਰੇ ਮਰੇ ਨਹੀਂ ਪਹਿਲਾਂ ਜਿਹੜਾ ਆਪਾਂ ਦਵਾਈ ਦਿੱਤੀ ਹੈ, ਕੁਛ ਡੋਰਮੈਂਟ ਹੋ ਗਏ ਔਰ ਜਦੋਂ ਆਪਾਂ ਦਵਾਈ ਬੰਦ ਕਰਤੀ ਥੋੜ੍ਹੀ ਦੇਰ ਬਾਅਦ ਉਹ ਦੁਬਾਰਾ ਐਕਟਿਵ ਹੋ ਗਏ ਬੋਡੀ ਦੇ ਵਿੱਚ। ਨਹੀਂ ਡਾਕਟਰ ਸਾਹਿਬ ਕੋਈ ਟੈਸਟ ਹੁੰਦਾ ਦੇਖਣ ਵਾਸਤੇ ਵੀ ਪੂਰੇ ਖਤਮ ਹੋ ਗਏ ਕਿ ਨਹੀਂ? ਹਾਂਜੀ, ਔਰ ਇਹਦੇ ਲਈ ਟੈਸਟ ਇਹੀ ਹੈ ਵੀ ਅਸੀਂ ਜਦੋਂ ਜਿਹੜੇ ਵਿਅਕਤੀ ਦੀ ਟੀਬੀ ਦੀ ਦਵਾਈ ਪੂਰੀ ਹੁੰਦੀ ਹੈ ਉਹਨੂੰ ਕਹਿੰਦੇ ਹਰ 6-6 ਮਹੀਨੇ ਬਾਅਦ ਆ ਕੇ ਆਪਣਾ ਐਕਸਰੇ ਅਤੇ ਬਲਗਮ ਦੀ ਜਾਂਚ ਕਰਾਵੇ ਪਹਿਲੇ 2 ਸਾਲਾਂ ਲਈ। ਅੱਛਾ, ਜਿਵੇਂ ਟੀਬੀ ਦਾ ਇਲਾਜ ਖਤਮ ਹੋਇਆ 6 ਮਹੀਨੇ ਬਾਅਦ, ਫਿਰ 12 ਮਹੀਨੇ ਬਾਅਦ, ਫਿਰ 18 ਮਹੀਨੇ ਬਾਅਦ, ਹਰ 6 ਮਹੀਨੇ 24 ਮਹੀਨੇ ਬਾਅਦ, 6 ਮਹੀਨੇ ਬਾਅਦ, 2 ਸਾਲ। ਉਹ ਹਰ 6 ਮਹੀਨੇ ਚਾਹੇ ਉਹਨੂੰ ਤਕਲੀਫ ਹੈ ਜਾਂ ਨਹੀਂ ਹੈ, ਉਹ ਇੱਕ ਵਾਰੀ ਆਪਣਾ ਹੈਲਥ ਸੈਂਟਰ ਦੇ ਵਿੱਚ ਜ਼ਰੂਰ ਆਵੇ ਦਿਖਾਉਣ ਲਈ ਕਿ ਉਹ ਠੀਕ ਹੈ ਜੀ। 2 ਸਾਲ ਤੋਂ ਬਾਅਦ ਉਹਨੂੰ ਜਿਹੜੇ ਰਿਲੈਪਸ ਹੋਣ ਦੇ ਚਾਂਸਿਸ ਕਾਫੀ ਘੱਟ ਹੋ ਜਾਂਦੇ, ਉਨੇ ਹੀ ਹੋ ਜਾਂਦੇ ਜਿੰਨੇ ਨੋਰਮਲ ਵਿਅਕਤੀ ਨੂੰ ਟੀਬੀ ਹੋਣ ਦੇ ਚਾਂਸ ਆ, ਉਨੇ ਹੀ ਉਹਨੂੰ ਰਹਿ ਜਾਂਦੇ ਉਨੇ ਚਾਂਸ। ਜੀ 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 ਜੀ। ਉਸ ਤੋਂ ਬਾਅਦ ਵੀ ਜੇ ਉਹਨੂੰ ਕਦੇ ਵੀ ਲਾਈਫ ਦੇ ਵਿੱਚ ਜੋ ਆਪਾਂ ਸਿੰਪਟਮ ਦੀ ਗੱਲ ਕੀਤੀ ਪਹਿਲਾਂ ਜੀ, ਖਾਂਸੀ ਬੁਖਾਰ ਜਾਂ ਵੇਟ ਲਾਸ ਜਾਂ ਬਲਗਮ 'ਚ ਖੂਨ ਆ, ਸੇਮ ਸਿੰਪਟਮ ਕਦੇ ਵੀ ਆਉਂਦੇ, ਤਾਂ ਆਪਣੀ ਜਾਂਚ ਉਹਨੂੰ ਐਕਸਰੇ ਅਤੇ ਬਲਗਮ ਦੀ ਜਾਂਚ ਜ਼ਰੂਰ ਕਰਾਉਣੀ ਚਾਹੀਦੀ। ਯਾਨੀ ਕਿ ਟ੍ਰੀਟਮੈਂਟ ਕਰਵਾਉਣ ਤੋਂ ਬਾਅਦ ਵੀ ਟੀਬੀ ਦੁਬਾਰਾ ਹੋ ਸਕਦਾ, ਇਸ ਕਰਕੇ 6-6 ਮਹੀਨੇ ਬਾਅਦ 2 ਸਾਲ ਤਾਂ ਜ਼ਰੂਰ ਜਾਂਚ ਕਰਵਾਓ। ਬਿਲਕੁਲ ਡਾਕਟਰ ਸਾਹਿਬ, ਟ੍ਰੀਟਮੈਂਟ ਦੀ ਗੱਲ ਕਰਦੇ ਹਾਂ, ਟ੍ਰੀਟਮੈਂਟ ਦੇ ਕਿਹੜੇ ਕਿਹੜੇ ਵੇਰੀਏਸ਼ਨਸ ਨੇ, ਕਿੰਨੇ ਕਿੰਨੇ ਦੇਰ ਦੇ ਟ੍ਰੀਟਮੈਂਟ ਹੁੰਦੇ? ਕੋਈ ਕਹਿੰਦਾ 3 ਮਹੀਨੇ ਦਾ ਹੁੰਦਾ, ਕੋਈ ਕਹਿੰਦਾ 6 ਦਾ ਹੁੰਦਾ, ਕੋਈ ਕਹਿੰਦਾ ਸਾਲ ਦਾ ਹੁੰਦਾ, ਇਹ ਕੀ ਪੈਰਾਮੀਟਰ, ਕਿਸ ਤਰ੍ਹਾਂ ਪਤਾ ਲੱਗਦਾ ਕਿੰਨੀ ਦੇਰ ਦਾ ਟ੍ਰੀਟਮੈਂਟ ਤੁਸੀਂ ਦਿੰਦੇ ਹੋ? ਠੀਕ ਹੈ ਜੀ, ਬੇਸਿਕਲੀ ਅਸੀਂ ਟੀਬੀ ਨੂੰ ਟ੍ਰੀਟਮੈਂਟ ਪਰਪਸ ਲਈ 2 ਤਰ੍ਹਾਂ ਨਾਲ ਡਿਵਾਈਡ ਕਰਦੇ ਹਾਂ ਜੀ। ਇੱਕ ਤਾਂ ਹੈਗੀ ਡਰੱਗ ਸੈਂਸਿਟਿਵ ਟੀਬੀ, ਇੱਕ ਹੈਗੀ ਡਰੱਗ ਰੈਜ਼ਿਸਟੈਂਟ ਟੀਬੀ। ਡਰੱਗ ਸੈਂਸਿਟਿਵ ਟੀਬੀ ਦਾ ਮਤਲਬ ਹੈ ਕਿ ਪੇਸ਼ੈਂਟ ਦੇ ਜਿਹੜੇ ਕੀਟਾਣੂ ਹੈ, ਬੈਕਟੀਰੀਆ ਹੈ, ਉਹ ਫਸਟ ਲਾਈਨ ਡਰੱਗਸ ਜਿਹੜੀਆਂ ਸਾਡੀਆਂ ਅਸੀਂ ਆਮ ਤੌਰ 'ਤੇ ਜਿਹੜੀਆਂ ਸਾਰਿਆਂ ਨਾਲ ਪਹਿਲਾਂ ਸ਼ੁਰੂ ਕਰਦੇ ਹਾਂ ਜੀ, ਉਹਨੂੰ ਅਜੇ ਵੀ ਸੈਂਸਿਟਿਵ ਹੈ ਉੱਤੇ, ਉਹ ਦਵਾਈਆਂ ਉਹਨਾਂ 'ਤੇ ਕਾਰਗਰ ਹਨ ਅਤੇ ਉਹ ਅਸਰ ਕਰਨਗੀਆਂ ਪੇਸ਼ੈਂਟ ਦੇ ਉੱਤੇ। ਅੱਛਾ ਜੀ, ਉਹਦੇ ਵਿੱਚ ਇਹ ਟ੍ਰੀਟਮੈਂਟ ਜਿਹੜਾ 6 ਮਹੀਨੇ ਦਾ ਟ੍ਰੀਟਮੈਂਟ ਅਸੀਂ ਕਰਦੇ ਹਾਂ, ਘੱਟ ਤੋਂ ਘੱਟ 6 ਮਹੀਨੇ ਦਾ ਟ੍ਰੀਟਮੈਂਟ ਕਰਦੇ ਹਾਂ। ਠੀਕ ਹੈ ਜੀ, ਔਰ ਜੇ ਕੋਈ ਪੇਸ਼ੈਂਟ ਬਾਈ ਚਾਂਸ ਡਰੱਗ ਰੈਜ਼ਿਸਟੈਂਟ ਹੋ ਗਿਆ, ਜਿਹਨੂੰ ਇਹ ਪਹਿਲੇ ਦਰਜੇ ਵਾਲੀਆਂ ਦਵਾਈਆਂ ਅਸਰ ਨਹੀਂ ਕਰਦੀਆਂ ਔਰ ਸਾਨੂੰ ਸੈਕਿੰਡ ਲਾਈਨ ਦੀ ਦਵਾਈਆਂ ਜਿਹੜੀਆਂ ਪਾਉਣੀਆਂ ਪੈਂਦੀਆਂ, ਫਿਰ ਉਹਦਾ ਟ੍ਰੀਟਮੈਂਟ 9 ਤੋਂ 11 ਮਹੀਨੇ ਵੀ ਚੱਲਦਾ, ਔਰ ਇੱਕ ਕਨਵੈਂਸ਼ਨਲ ਥੈਰੇਪੀ ਹੈ ਜਿਹੜਾ 24 ਤੋਂ 27 ਮਹੀਨੇ ਟ੍ਰੀਟਮੈਂਟ ਚੱਲਦਾ। ਉਹਦਾ 24 ਮਹੀਨੇ ਦਾ ਵੀ 24 ਮਹੀਨੇ ਦਾ, ਹਾਂਜੀ 27 ਮਹੀਨੇ ਤੱਕ ਟ੍ਰੀਟਮੈਂਟ ਚੱਲਦਾ। ਡਾਕਟਰ ਸਾਹਿਬ, ਇੱਕ ਆਮ ਪ੍ਰਚਲਨ 'ਚ ਗੱਲ ਹੈਗੀ ਹੈ ਕਿ ਜਿਹੜੀ ਟਿਊਬਰਕਲੋਸਿਸ ਦੀਆਂ ਮੈਡੀਸਿਨਸ ਨੇ ਜੀ, ਇਹ ਬਹੁਤ ਗਰਮ ਹੁੰਦੀ ਹੈ ਜੀ, ਕੀ ਕਹਿਣਾ ਚਾਹੋਗੇ? ਟੀਬੀ ਦੀਆਂ ਮੈਡੀਸਨ ਦੇ ਸਾਈਡ ਇਫੈਕਟ ਜ਼ਰੂਰ ਹੈ, ਗਰਮ ਤਾਂ ਇਸ ਕਰਕੇ ਕਿਉਂਕਿ ਥੋੜ੍ਹਾ ਜਿਹਾ ਐਸਿਡ ਪ੍ਰੋਡਿਊਸ ਕਰਦੀਆਂ, ਉਹ ਡਿਸਪੈਪਸੀਆ ਕਰਦੀਆਂ ਜੀ, ਪਰ ਇਹ ਜਿਹੜੀਆਂ ਇਹ ਅਸੀਂ ਦੇਖਦੇ ਹਾਂ ਪੇਸ਼ੈਂਟ ਨੂੰ ਸ਼ੁਰੂਆਤੀ ਟਾਈਮ ਦੇ ਵਿੱਚ ਇਹ ਤਕਲੀਫਾਂ ਆਉਂਦੀਆਂ। ਅੱਛਾ ਜੀ, ਜਦੋਂ ਆਪਾਂ ਟੀਬੀ ਦਵਾਈ ਦਿੰਦੇ ਉਹਨੂੰ ਪਹਿਲੇ 10-15 ਦਿਨ ਲੱਗਦਾ ਕਿ ਦਵਾਈ ਗਰਮ ਹੈ, ਦਵਾਈ ਖਾਣ ਨਾਲ ਘਬਰਾਹਟ ਹੁੰਦੀ ਹੈ, ਦਿਲ ਮਚਲਾਉਂਦਾ, ਉਲਟੀ ਆਉਂਦੀ ਹੈ ਕਦੇ ਕਦੇ, ਔਰ ਜਦੋਂ ਦਵਾਈ ਲੈਂਦਾ ਰਹਿੰਦਾ ਹੈ ਥੋੜ੍ਹੀ ਆਪਣੀ ਵਿਲ ਪਾਵਰ ਸਟਰੋਂਗ ਕਰਕੇ ਜਾਂ ਦਵਾਈਆਂ ਨਾਲ, ਜਿਵੇਂ ਉਲਟੀ ਦੀ ਦਵਾਈ ਲੈ ਲਈ, ਗੈਸ ਦੀ ਦਵਾਈ ਲੈ ਲਈ, ਇਹਦੇ ਨਾਲ ਲੈਂਦਾ ਰਹਿੰਦਾ ਤਾਂ ਉਹਨੂੰ ਕੁਛ ਸਮੇਂ ਬਾਅਦ 10-15-20 ਦਿਨ ਬਾਅਦ ਉਹ ਦਵਾਈ ਈਜ਼ੀਲੀ ਟੋਲਰੇਟ ਹੋਣ ਲੱਗ ਜਾਂਦੀ ਹੈ ਜੀ। ਡਾਕਟਰ ਸਾਹਿਬ, ਇੱਕ ਚੀਜ਼ ਹੋਰ ਬੜੀ ਕਾਮਨ ਹੈ ਕਿ ਪੇਸ਼ੈਂਟ ਦਵਾਈ ਲੈਣੀ ਸ਼ੁਰੂ ਕੀਤੀ, 2-3-4 ਮਹੀਨੇ ਦਵਾਈ ਲਈ ਹੈ ਨਾ, ਉਹਨੂੰ ਲੱਗਦਾ ਮੈਂ ਕੁਛ ਬੈਟਰ ਹਾਂ, ਉਹ ਆਪਣੇ ਆਪ ਦਵਾਈਆਂ ਬੰਦ ਕਰ ਦਿੰਦੇ ਜੀ, ਇਹ ਗੱਲ ਕਿੰਨੀ ਕੁ ਵਾਜਿਬ ਹੈ ਜੀ? ਇਹ ਗੱਲ ਬਿਲਕੁਲ ਵਾਜਿਬ ਨਹੀਂ ਹੈ, ਕਿਉਂਕਿ ਜਿਹੜੇ ਆਪਾਂ ਸਿੰਪਟਮ ਦੇਖਦੇ ਹਾਂ ਪੇਸ਼ੈਂਟ ਨੂੰ, ਖਾਂਸੀ ਬੁਖਾਰ ਰਹਿ ਰਿਹਾ ਜੀ, ਜਦੋਂ ਟੀਬੀ ਦੀ ਦਵਾਈ ਲੈਂਦਾ ਉਹਨੂੰ ਆਲਮੋਸਟ 1-2 ਮਹੀਨਿਆਂ ਦੇ ਵਿੱਚ ਇਹ ਸਿੰਪਟਮ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ, ਖਾਂਸੀ ਠੀਕ ਹੋ ਗਈ ਜੀ, ਬੁਖਾਰ ਠੀਕ ਹੋ ਗਿਆ ਜੀ, ਭੁੱਖ ਲੱਗਣ ਲੱਗ ਗਈ, ਵਜ਼ਨ ਵੱਧ ਗਿਆ ਉਹਦਾ ਪੇਸ਼ੈਂਟ ਦਾ, ਉਸ ਟਾਈਮ 'ਤੇ ਜਿਵੇਂ ਤੁਸੀਂ ਕਹਿ ਰਹੇ ਹੋ ਉਹਨੂੰ ਲੱਗਦਾ ਕਿ ਮੈਨੂੰ ਹੁਣ ਦਵਾਈ ਲੈਣ ਦੀ ਲੋੜ ਨਹੀਂ ਹੈ। ਠੀਕ ਹੈ ਜੀ, ਪਰ ਇੱਥੇ ਗੱਲ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਟੀਬੀ ਦੇ ਕੀਟਾਣੂ ਪੂਰੇ ਮਰੇ ਨਹੀਂ ਹੈ ਅਜੇ, ਇਹ ਘੱਟ ਗਏ ਹੈ ਜਿਹਦੇ ਕਰਕੇ ਆਪਾਂ ਨੂੰ ਸਿੰਪਟਮਸ ਘੱਟ ਜਾਂਦੇ ਆ, ਪਰ ਜੇ ਇਸ ਸਟੇਜ 'ਤੇ ਆਪਾਂ ਦਵਾਈ ਛੱਡ ਦਾਂਗੇ ਤਾਂ 100% ਪੇਸ਼ੈਂਟ ਨੂੰ ਦੁਬਾਰਾ ਟੀਬੀ ਹੋਏਗੀ। ਟੀਬੀ ਦੁਬਾਰਾ ਹੋਏਗੀ? ਹਾਂਜੀ, ਦੁਬਾਰਾ ਟੀਬੀ ਹੋਏਗੀ, ਕਿਉਂਕਿ ਉਹਦੇ ਪੂਰੇ ਕੀਟਾਣੂ ਅੱਛੀ ਤਰ੍ਹਾਂ ਨਾਲ ਅਜੇ ਮਰੇ ਨਹੀਂ, ਅਜੇ ਵੀ ਬੋਡੀ ਦੇ ਵਿੱਚ ਹੈ, ਅਤੇ ਫਿਰ ਉਹ ਪਹਿਲੇ ਵਾਰੀ ਨਾਲੋਂ ਜ਼ਿਆਦਾ ਖਤਰਨਾਕ ਹੋਏਗੀ। ਬਿਲਕੁਲ, ਔਰ ਜਦੋਂ ਦੁਬਾਰਾ ਟੀਬੀ ਹੁੰਦੀ ਇਸ ਤਰ੍ਹਾਂ ਦਵਾਈ ਲੈ ਕੇ ਛੱਡ ਦਿੰਦਾ ਤਾਂ ਟੀਬੀ ਦੇ ਜਿਹੜੇ ਕੀਟਾਣੂ ਉਹ ਆਪਣੇ ਕੁਛ ਇੱਦਾਂ ਦੇ ਚੇਂਜਿਸ ਲਿਆਉਂਦੇ ਆਪਣੇ ਵਿੱਚ ਵੀ ਉਹ ਦੁਬਾਰਾ ਉਹ ਦਵਾਈਆਂ ਉੱਤੇ ਅਸਰ ਕਰਨੀਆਂ ਬੰਦ ਕਰ ਦਿੰਦੇ। ਓਹੋ, ਅੱਛਾ, ਅਤੇ ਉਹ ਸਟੇਜ ਨੂੰ ਆਪਾਂ ਡਰੱਗ ਰੈਜ਼ਿਸਟੈਂਟ ਟੀਬੀ ਕਹਿੰਦੇ ਹਾਂ, ਜਿਵੇਂ ਮਲਟੀ ਡਰੱਗ MDR ਸੁਣਿਆ ਹੋਣਾ ਤੁਸੀਂ ਨਾਮ। ਜੀ 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 ਜੀ, ਮਲਟੀ ਡਰੱਗ ਰੈਜ਼ਿਸਟੈਂਟ ਟੀਬੀ ਹੈ ਜਿਹੜੀ ਫਸਟ ਲਾਈਨ, ਜਿਹੜੀਆਂ ਸਾਰਿਆਂ ਨਾਲ ਇੰਪੋਰਟੈਂਟ ਫਸਟ ਲਾਈਨ ਐਂਟੀ ਟੀਬੀ ਡਰੱਗਸ ਹੈ, ਉਹ ਆਪਣਾ ਅਸਰ ਛੱਡ ਜਾਂਦੀਆਂ ਜੀ, ਔਰ ਉਹਦਾ ਮੇਨ ਕਾਰਨ ਇਹੀ ਹੈ ਕਿ ਮਰੀਜ਼ ਦਵਾਈ ਲੈਂਦੇ ਆ, ਕੁਛ ਸਮੇਂ ਬਾਅਦ ਉਹ ਦਵਾਈ ਆਪਣੇ ਆਪ ਬੰਦ ਕਰ ਦਿੰਦੇ ਆ, ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਛੱਡ ਦਿੰਦੇ ਆ, ਔਰ ਦਵਾਈ ਛੱਡਣ ਨਾਲ ਫਿਰ ਦੁਬਾਰਾ ਟੀਬੀ ਹੁੰਦੀ ਆ, ਜੋ ਦੁਬਾਰਾ ਟੀਬੀ ਹੁੰਦੀ ਆ ਉਦੋਂ ਇਹ ਦਵਾਈਆਂ ਫਿਰ ਅਸਰ ਨਹੀਂ ਕਰਦੀਆਂ, ਫਿਰ ਲਾਈਨ ਆਫ ਟ੍ਰੀਟਮੈਂਟ ਚੇਂਜ, ਲਾਈਨ ਆਫ ਟ੍ਰੀਟਮੈਂਟ ਬਿਲਕੁਲ ਚੇਂਜ ਹੋ ਜਾਂਦਾ ਜੀ, ਡਿਊਰੇਸ਼ਨ ਵੱਧ ਜਾਂਦੀ ਹੈ ਟ੍ਰੀਟਮੈਂਟ ਦੀ, ਤਕਲੀਫ ਵੀ ਪੇਸ਼ੈਂਟ ਨੂੰ
ਡਾਕਟਰ ਨੂੰ ਦਿਖਾ ਕੇ ਔਰ ਉਹਦਾ ਜੋ ਉਹਦਾ ਪਹਿਲਾਂ ਡਰੱਗ ਸੈਂਸਿਟੀਵਿਟੀ ਟੈਸਟ ਕਰਦੇ ਹਾਂ ਅਸੀਂ ਵੀ ਡਰੱਗ ਸੈਂਸਿਟੀਵਿਟੀ ਵੀ ਹੈ ਕਿ ਡਰੱਗ ਰੈਜ਼ਿਸਟੈਂਟ ਵੀ ਹੈ, ਠੀਕ ਹੈ ਜੀ, ਔਰ ਫਿਰ ਉਹਦੇ ਹਿਸਾਬ ਨਾਲ ਹੀ ਉਹਨੂੰ ਸੈਂਸਿਟੀਵਿਟੀ ਪੈਟਰਨ ਦੇ ਹਿਸਾਬ ਨਾਲ ਹੀ ਉਹਨੂੰ, ਯਾਨੀ ਦਵਾਈਆਂ ਕਈ ਸਾਰੀਆਂ ਨੇ ਉਹਨਾਂ 'ਚ ਡਾਕਟਰ ਨੂੰ ਪੁੱਛੇ ਬਿਨਾਂ ਸੈਲਫ ਮੈਡੀਕੇਸ਼ਨ ਨਹੀਂ ਕਰਨੀ ਚਾਹੀਦੀ। ਇਸ 'ਚ ਮੈਂ ਤੁਹਾਨੂੰ ਇੱਕ ਛੋਟੀ ਗੱਲ ਹੋਰ ਵੀ ਦੱਸਾਂ ਕਿ ਟੀਬੀ ਦੀ ਦਵਾਈ ਸਰਕਾਰ ਨੇ ਸ਼ੈਡਿਊਲ H1 ਦੇ ਵਿੱਚ ਕਰਤੀ ਜੀ। H1 ਦਾ ਮਤਲਬ ਇਹ ਹੁੰਦਾ ਵੀ ਇਹ ਓਵਰ ਦਾ ਕਾਊਂਟਰ ਇਹਦੀ ਸੇਲ ਨਹੀਂ ਹੋਏਗੀ। ਅੱਛਾ ਜੀ, ਵੀ ਤੁਸੀਂ ਸਿੱਧੇ ਜਾ ਕੇ ਕਹੋ ਮੈਨੂੰ ਫਲਾਂ ਟੀਬੀ ਦੀ ਦਵਾਈ ਦੇ ਦੇ ਜਾਂ ਇਹ ਦੇ ਦੇ ਕੈਮਿਸਟ, ਉਹ ਨਹੀਂ ਕਰ ਸਕਦੇ। ਉਸ 'ਤੇ ਪੂਰੀ ਤਰ੍ਹਾਂ ਸਰਕਾਰ ਵੱਲੋਂ ਪਾਬੰਦੀ ਹੈ ਔਰ ਪਾਬੰਦੀ ਇਸੇ ਕਰਕੇ ਲਗਾਈ ਹੈ ਕਿ ਸੈਲਫ ਮੈਡੀਕੇਸ਼ਨ ਟੀਬੀ ਦੇ ਕੇਸ ਦੇ ਵਿੱਚ ਬਹੁਤ ਜ਼ਿਆਦਾ ਡੇਂਜਰਸ ਹੈ। ਜੀ ਜੀ ਜੀ, ਇਸੇ ਕਰਕੇ ਪਾਬੰਦੀ ਲਗਾਈ। ਤੁਸੀਂ ਸਰਕਾਰ ਦੀ ਗੱਲ ਕੀਤੀ, ਇਹ ਵੀ ਦੱਸੋ ਸਰਕਾਰ ਹੋਰ ਕੀ ਉਪਰਾਲੇ ਕਰ ਰਹੀ ਹੈ ਟੀਬੀ ਵਾਸਤੇ ਜੀ? ਸਰਕਾਰ ਵਚਨਬੱਧ ਹੈ WHO ਵੱਲੋਂ ਕਿ 2025 ਤੱਕ ਅਸੀਂ ਟੀਬੀ ਨੂੰ ਆਪਣੇ ਦੇਸ਼ 'ਚੋਂ ਐਲੀਮੀਨੇਟ ਕਰਨਾ ਚਾਹੁੰਦੇ ਹਾਂ ਜੀ। ਉਹਦੇ ਲਈ ਬਹੁਤ ਸਾਰੀਆਂ ਪਲਾਨ, ਬਹੁਤ ਸਾਰੇ ਤਰੀਕੇ, ਬਹੁਤ ਸਾਰੀਆਂ ਖੋਜਾਂ ਹੋਰ ਉਲੀਕੀਆਂ ਗਈਆਂ, ਨਵੀਆਂ ਡਰੱਗਸ ਲਿਆਂਦੀਆਂ ਗਈਆਂ, ਠੀਕ ਹੈ। MDR ਦਾ ਟ੍ਰੀਟਮੈਂਟ, ਪ੍ਰਾਈਵੇਟ ਸੈਕਟਰ 'ਚ ਟੀਬੀ ਦਾ ਟ੍ਰੀਟਮੈਂਟ ਠੀਕ ਹੋਵੇ ਉਹਦੇ ਲਈ ਵੀ ਸਰਕਾਰ ਉਪਰਾਲੇ ਕਰ ਰਹੀ ਹੈ ਜੀ। ਸਰਕਾਰ ਟੀਬੀ ਦੇ ਮਰੀਜ਼ਾਂ ਲਈ ਫ੍ਰੀ ਡਾਇਗਨੋਸਿਸ ਕਰਦੀ ਹੈ ਔਰ ਫ੍ਰੀ ਟ੍ਰੀਟਮੈਂਟ ਕਰਦੀ ਹੈ ਜੀ। ਈਵਨ ਜਿਹੜੇ MDR TB ਹੈ ਜਿਨ੍ਹਾਂ ਦਾ ਇਲਾਜ ਜਿਵੇਂ ਮੈਂ ਤੁਹਾਨੂੰ ਦੱਸਿਆ 2 ਤੋਂ 2.5 ਸਾਲ ਤੱਕ ਚੱਲਦਾ ਔਰ ਦਵਾਈਆਂ ਬਹੁਤ ਕੋਸਟਲੀ ਹੈ ਜੀ। ਇੱਕ ਪੇਸ਼ੈਂਟ ਦਾ ਖਰਚਾ ਜਿਹੜਾ ਸਰਕਾਰ ਨੂੰ 4-5 ਲੱਖ ਰੁਪਏ ਇੱਕ ਪੇਸ਼ੈਂਟ ਦਾ ਖਰਚਾ ਆਉਂਦਾ ਦਵਾਈ 4-5 ਲੱਖ ਰੁਪਏ MDR ਲਈ। ਅੱਛਾ ਜੀ। ਉਸ ਤੋਂ ਇਲਾਵਾ ਉਹਦੇ ਬਾਰ ਬਾਰ ਕਲਚਰ ਕਰਨੇ ਪੈਂਦੇ ਆ, ਦੇਖਣਾ ਪੈਂਦਾ ਕਿ ਉਹ ਠੀਕ ਹੋ ਰਿਹਾ ਕਿ ਨਹੀਂ, ਸਹੀ ਤਰੀਕੇ ਨਾਲ ਚੱਲ ਰਹੀ ਉਹਦੀ ਟ੍ਰੀਟਮੈਂਟ ਕਿ ਨਹੀਂ ਚੱਲ ਰਹੀ। ਇਹ ਸਾਰੀ ਜਿਹੜੀ ਆ ਗੌਰਮੈਂਟ ਵੱਲੋਂ ਫ੍ਰੀ ਕੀਤਾ ਜਾਂਦਾ ਸਿਰਫ ਇਸ ਕਰਕੇ ਕਿ ਜਿਹੜੀ TB ਹੈ ਇਹਦੇ ਐਪੀਡੈਮਿਕ ਨੂੰ ਠੱਲ ਪਾਈ ਜਾਵੇ। ਅੱਗੇ ਤੋਂ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਹੈ ਉਹਨਾਂ ਨੂੰ ਆਪਾਂ ਇਹ ਗਿਫਟ ਨਾ ਦੇ ਕੇ ਜਾਈਏ TB ਦੇ ਰੂਪ ਦੇ ਵਿੱਚ, ਅਸੀਂ ਇਹਦਾ ਪ੍ਰੋਪਰ ਜੜ ਤੋਂ ਖਤਮ ਕਰ ਦਈਏ, ਇਹਦਾ ਪੱਕਾ ਜਿਹਾ ਬੰਦੋਬਸਤ ਕਰ ਲਈਏ, 2025 ਤੱਕ ਇਹਨੂੰ ਖਤਮ ਕੀਤਾ ਜਾਵੇ। ਦਵਾਈਆਂ ਖਾਲੀ ਪੇਟ ਲੈ ਸਕਦੇ ਹਾਂ ਕਿ ਨਹੀਂ? ਆਮ ਸਵਾਲ। ਜ਼ਿਆਦਾਤਰ ਦਵਾਈਆਂ ਜਿਹੜੀਆਂ ਉਹ ਖਾਲੀ ਪੇਟ ਨਹੀਂ ਲੈਣੀਆਂ ਚਾਹੀਦੀਆਂ। ਸਿਰਫ ਇੱਕ ਡਰੱਗ ਨੂੰ ਛੱਡ ਕੇ ਜਿਹੜੀ ਰਿਫੈਂਪੇਸਿਨ ਹੈ, ਪਰ ਉਹ ਵੀ ਖਾਲੀ ਪੇਟ ਲੈਣ ਨਾਲ ਉਹਦੇ ਸਾਈਡ ਇਫੈਕਟ ਜ਼ਿਆਦਾ ਹੁੰਦੇ ਆ, ਉਹਦੀ ਅਬਜ਼ੋਰਪਸ਼ਨ ਵੀ ਜ਼ਿਆਦਾ ਹੁੰਦੀ ਹੈ ਪਰ ਸਾਈਡ ਇਫੈਕਟ ਵੀ ਜ਼ਿਆਦਾ ਹੁੰਦੇ ਆ। ਸੋ ਜੇ ਆਪਾਂ ਦੋਨਾਂ ਚੀਜ਼ਾਂ ਨੂੰ ਬੈਲੈਂਸ ਕਰੀਏ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ TB ਦੀਆਂ ਦਵਾਈਆਂ ਖਾਲੀ ਪੇਟ ਨਹੀਂ ਲੈਣੀਆਂ ਚਾਹੀਦੀਆਂ। ਕੀ ਕੁਛ ਖਾ ਕੇ ਲੈਣੀ ਚਾਹੀਦੀਆਂ? ਕਈ ਵੀ ਲੋਕ ਕਹਿੰਦੇ ਮੈਂ ਚਾਹ ਦਾ ਕੱਪ ਪੀਤਾ ਮੈਂ ਲੈ ਲਾ, ਨਹੀਂ ਚਾਹ ਦਾ ਕੱਪ ਨਹੀਂ, ਕੁਛ ਹਲਕਾ ਸੋਲਿਡ ਮੀਲ ਤੋਂ ਬਾਅਦ ਹੀ ਕੁਛ ਨਾ ਕੁਛ ਖਾ ਕੇ ਫਿਰ। ਹਾਂਜੀ, ਜ਼ਿਆਦਾ ਆਪਾਂ ਨੂੰ ਕੰਸਰਨ ਹੈ ਤਾਂ ਆਪਾਂ ਮੇਨ ਬ੍ਰੇਕਫਾਸਟ 'ਤੇ 1-2 ਘੰਟੇ ਬਾਅਦ ਜਦ ਲੈ ਸਕਦੇ ਹਾਂ TB ਜੀ। ਡਾਕਟਰ ਸਾਹਿਬ, ਇੱਕ ਆਮ ਪ੍ਰਥਾ ਦੇ ਵਿੱਚ ਇਹ ਕਿ ਗਰਮ ਨੇ, ਸਾਈਡ ਇਫੈਕਟ ਨੇ, ਫਿਰ ਖੁਰਾਕ ਕਿਸ ਤਰ੍ਹਾਂ ਦੀ ਲੈਣੀ ਚਾਹੀਦੀ? ਕੋਈ ਕਹਿੰਦਾ ਘਿਓ ਲੈਣਾ ਚਾਹੀਦਾ, ਕੋਈ ਕਹਿੰਦਾ ਕੁਛ ਲੈਣਾ ਚਾਹੀਦਾ, ਤੁਸੀਂ ਚਾਨਣਾ ਪਾਓ। ਹਾਂਜੀ, ਕੀ ਚੀਜ਼ ਜ਼ਿਆਦਾ ਲੈਣੀ ਚਾਹੀਦੀ? TB ਦੇ ਪੇਸ਼ੈਂਟ ਨੂੰ ਬਿਲਕੁਲ ਬੈਲੈਂਸ ਡਾਇਟ ਲੈਣੀ ਚਾਹੀਦੀ ਹੈ। ਬੈਲੈਂਸ ਡਾਇਟ ਜ਼ਰਾ ਅੱਛੀ ਤਰ੍ਹਾਂ ਸਮਝਾ ਦਿਓ ਜੀ। ਪ੍ਰੋਪਰ ਕੁਆਂਟੀਟੀ ਦੇ ਵਿੱਚ ਲੈਣੀਆਂ ਚਾਹੀਦੀਆਂ ਜੀ, ਕਿਉਂਕਿ ਇਹ ਇੱਕ ਇਹੋ ਜਿਹੀ ਸਟੇਟ ਹੈ ਜਿਹਦੇ ਵਿੱਚ ਬੋਡੀ ਡਿਕਰੀਜ਼ ਹੁੰਦੀ ਹੈ। ਪਹਿਲਾਂ TB ਨੂੰ ਕੰਜ਼ੰਪਸ਼ਨ ਕਿਹਾ ਜਾਂਦਾ ਸੀ ਜੀ ਜੀ। ਕੰਜ਼ੰਪਸ਼ਨ ਦਾ ਮਤਲਬ ਸੀ ਕਿ ਹੌਲੀ ਹੌਲੀ ਬੋਡੀ ਨੂੰ ਕੰਜ਼ਿਊਮ ਕਰ ਲੈਂਦੀ ਹੈ ਜੀ। ਜੇ ਆਪਾਂ ਪੁਰਾਣੇ ਟਾਈਮ ਦੇ ਕਿਸੇ TB ਪੇਸ਼ੈਂਟ ਦੇ ਬਾਰੇ ਸੋਚੀਏ ਤਾਂ ਉਹਦੀਆਂ ਹੱਡੀਆਂ ਨਿਕਲੀਆਂ ਹੋਈਆਂ, ਪਸਲੀਆਂ ਬਾਹਰ ਆਈਆਂ ਹੋਈਆਂ, ਪੇਟ ਅੰਦਰ ਵੜਿਆ ਹੋਇਆ, ਠੀਕ ਹੈ, ਗੱਲਾਂ ਪਿੱਛ ਗਈਆਂ ਬਿਲਕੁਲ। ਇਸ ਤਰ੍ਹਾਂ ਦੀ ਇੱਕ ਤਸਵੀਰ ਆਪਣੇ ਸਾਹਮਣੇ ਆਉਂਦੀ TB ਦੇ ਪੇਸ਼ੈਂਟ ਦੀ, ਬਿਲਕੁਲ, ਕਿਉਂਕਿ TB ਹੌਲੀ ਹੌਲੀ ਆਪਣੇ ਸਾਰੇ ਜਿਹੜੇ ਸਰੀਰ ਨੂੰ ਖਾ ਜਾਂਦੀ ਸੀਗੀ ਜੀ। ਬਿਲਕੁਲ, ਇਸ ਕਰਕੇ ਆਪਾਂ ਨੂੰ ਇੱਕ ਬੈਲੈਂਸ ਡਾਇਟ, ਪ੍ਰੋਟੀਨ ਰਿਚ ਡਾਇਟ ਲੈਣੀ ਚਾਹੀਦੀ ਹੈ। ਉਹ 'ਚ ਕੋਈ ਘਿਓ ਜ਼ਿਆਦਾ ਲੈਣਾ ਜਾਂ ਕੋਈ ਬਹੁਤ ਮਹਿੰਗੀਆਂ ਚੀਜ਼ਾਂ ਜ਼ਿਆਦਾ, ਕਈ ਸਾਨੂੰ ਪੇਸ਼ੈਂਟ ਕਹਿੰਦੇ ਜੀ ਕੱਛੂ ਕਾਮੇ ਦਾ ਮੀਟ, ਟੋਰਟਾਇਜ਼ ਕੀ ਕਹਿੰਦੇ ਉਹਨੂੰ, ਕੱਛੂ ਮੀਟ ਖਾਣਾ ਚਾਹੀਦਾ ਜਾਂ ਨੌਨ ਵੈਜ ਨਹੀਂ ਖਾਂਦੇ ਜੀ, ਇਸ ਕਰਕੇ TB ਠੀਕ ਨਹੀਂ ਹੋ ਸਕਦੀ। ਇਸ ਤਰ੍ਹਾਂ ਦਾ ਕੁਛ ਨਹੀਂ ਹੈ ਇਹਦੇ ਵਿੱਚ। ਇੱਕ ਪ੍ਰੋਪਰ ਵੈਜੀਟੇਰੀਅਨ ਜਾਂ ਨੌਨ ਵੈਜੀਟੇਰੀਅਨ, ਡਿਪੈਂਡਿੰਗ ਔਨ ਦਾ ਚੋਇਸ ਆਫ ਦਾ ਪੇਸ਼ੈਂਟ, ਬੈਲੈਂਸ ਡਾਇਟ ਉਹਨੂੰ ਲੈਣੀ ਚਾਹੀਦੀ ਹੈ ਇਹਦੇ ਵਿੱਚ, ਰਿਕਮੈਂਡਡ ਹੈ। ਡਾਕਟਰ ਸਾਹਿਬ, ਪ੍ਰੈਗਨੈਂਸੀ ਦੇ ਨਾਲ ਕੀ ਕਨੈਕਸ਼ਨ ਬੰਦਾ ਟਿਊਬਰਕਲੋਸਿਸ ਦੇ ਮੈਡੀਸਨ ਦੇ? ਜੇ ਮੰਨ ਲਓ ਪ੍ਰੈਗਨੈਂਸੀ ਦੇ ਵਿੱਚ TB ਹੋ ਗਿਆ। ਹਾਂਜੀ, ਪ੍ਰੈਗਨੈਂਸੀ ਦੇ ਵਿੱਚ ਜ਼ਿਆਦਾਤਰ TB ਦੀਆਂ ਦਵਾਈਆਂ ਸੇਫ ਹੈ, ਕੁਛ ਇੱਕ ਨੂੰ ਛੱਡ ਕੇ ਉਹ ਲਈ ਤੁਸੀਂ ਆਪਣੇ ਡਾਕਟਰ ਦੀ ਸਲਾਹ ਲੈ ਸਕਦੇ ਹੋ, ਜਿਵੇਂ ਸਟੈਪਟੋਮਾਈਸਿਨ, ਕੈਨਾਮਾਈਸਿਨ ਇੰਜੈਕਸ਼ਨ ਹੈ, ਇਥੋਨਾਮਾਈਡ ਡਰੱਗਸ ਹੈ। ਸਿਰਫ 2-3 ਡਰੱਗਸ ਹੈਗੀਆਂ ਜਿਹੜੀਆਂ ਕਿ ਅਸੀਂ ਪ੍ਰੈਗਨੈਂਸੀ ਦੇ ਵਿੱਚ ਨਹੀਂ ਦਿੰਦੇ, ਬਾਕੀ ਦੀਆਂ TB ਦੀਆਂ ਦਵਾਈਆਂ ਜਨਰਲੀ ਪ੍ਰੈਗਨੈਂਸੀ ਐਜ਼ ਵੈਲ ਐਜ਼ ਲੈਕਟੇਸ਼ਨ, ਜਦੋਂ ਬੱਚਾ ਮਾਂ ਬੱਚੇ ਨੂੰ ਦੁੱਧ ਪਿਆਰੀ ਹੈ, ਉਸ ਸਟੇਜ 'ਤੇ ਵੀ ਦਵਾਈਆਂ ਸਾਰੀਆਂ ਸੇਫ ਹੈਗੀਆਂ। ਫਿਰ ਵੀ ਜੇ ਕਿਸੇ ਨੂੰ ਸ਼ੱਕ ਹੈ ਤਾਂ ਆਪਣੇ ਡਾਕਟਰ ਦੀ ਸਲਾਹ ਨਾਲ ਉਹਨੂੰ ਪੁੱਛ ਕੇ ਹੀ ਦਵਾਈਆਂ ਲੈਣੀਆਂ ਚਾਹੀਦੀਆਂ ਜੀ। ਡਾਕਟਰ ਸਾਹਿਬ, ਇਹ ਟਿਊਬਰਕਲੋਸਿਸ ਬਚਪਨ 'ਚ, ਵੱਡੇ ਹੋਣ 'ਚ ਜਾਂ ਬੁਢਾਪੇ 'ਚ ਕਿਸੇ ਵੇਲੇ ਵੀ ਹੋ ਜਾਵੇ ਤਾਂ ਮਤਲਬ ਕਿਸ ਤਰ੍ਹਾਂ ਦੀ ਡਰੱਗਸ ਦਾ ਕੀ ਸਿਸਟਮ ਹੁੰਦਾ? ਇੱਕ ਫੋਨ ਕਾਲ ਦਰਸ਼ਕ ਦਸਤਕ ਦੇ ਰਹੇ ਨੇ, ਪਹਿਲਾਂ ਉਹਨਾਂ ਨਾਲ ਗੱਲ ਕਰ ਲਈਏ। ਹਾਂਜੀ, ਕੌਣ ਬੋਲ ਰਹੇ ਹੋ? ਸ਼ਾਇਦ ਕਿਸੇ ਵਜ੍ਹਾ ਕਰਕੇ ਕਾਲ ਕੱਟ ਗਈ ਹੈ। ਡਾਕਟਰ ਸਾਹਿਬ, ਤੁਸੀਂ ਗੱਲ ਕਰ ਰਹੇ ਸੀ ਕਿਸ ਏਜ ਦੇ ਵਿੱਚ ਟਿਊਬਰਕਲੋਸਿਸ ਦੀਆਂ ਮੈਡੀਸਨਸ ਨਹੀਂ ਦੇਣੀਆਂ ਚਾਹੀਦੀਆਂ ਜਾਂ ਦੇ ਸਕਦੇ ਹਾਂ? ਨਹੀਂ, TB ਦੀ ਮੈਡੀਸਨ ਤਾਂ ਆਪਾਂ ਕਿਸੇ ਵੀ ਏਜ 'ਚ ਦੇ ਸਕਦੇ ਹਾਂ ਜੀ। ਜਿਹਨੂੰ ਵੀ TB ਹੋਈ ਹੈ ਉਹਨੂੰ TB ਦੀ ਦਵਾਈਆਂ ਤਾਂ ਆਪਾਂ ਨੂੰ ਦੇਣੀਆਂ ਹੀ ਪੈਣੀਆਂ, ਚਾਹੇ ਉਹ ਕੁਛ
ਜਿਵੇਂ ਪਹਿਲਾਂ ਇੱਕ ਸਾਡੀ ਦਵਾਈ ਹੁੰਦੀ ਸੀ ਥੈਂਬਿਟੋਲ, ਉਹ ਕਹਿੰਦੇ ਸੀ ਵੀ ਬੱਚਿਆਂ ਨੂੰ ਨਹੀਂ ਦੇਣੀ ਚਾਹੀਦੀ ਜੀ ਬਿਲਕੁਲ, ਕਿਉਂਕਿ ਉਹ ਅੱਖਾਂ 'ਤੇ ਅਸਰ ਕਰਦੇ ਸੀ, ਬੱਚੇ ਐਪਰੀਸ਼ੀਏਟ ਨਹੀਂ ਕਰ ਸਕਦੇ ਵੀ ਮੇਰੀ ਅੱਖਾਂ 'ਤੇ ਅਸਰ ਹੋ ਰਿਹਾ ਜੀ ਜੀ ਜੀ, ਕਿਉਂਕਿ ਪੜ੍ਹਦੇ ਨਹੀਂ ਹਜੇ ਉਹ ਛੋਟੇ ਆ ਬੱਚੇ 2-3 ਸਾਲ ਦੇ ਜੀ, ਪਰ ਹੁਣ ਇਹਦੀ ਵੀ ਸੇਫਟੀ ਜਿਹੜੀ ਐਸਟੈਬਲਿਸ਼ ਹੋ ਚੁੱਕੀ ਹੈ ਜੀ, ਵੀ ਦਵਾਈ ਆਪਾਂ ਜੰਮਦੇ ਬੱਚਿਆਂ ਨੂੰ ਵੀ ਦੇ ਸਕਦੇ ਹਾਂ ਔਰ ਕਿਸੇ ਵੀ ਏਜ ਦੇ ਵਿੱਚ ਦੇ ਸਕਦੇ ਹਾਂ ਜੀ। ਸੋ ਹੁਣ ਇਸ ਵੇਲੇ ਆਪਾਂ ਸਾਰੀਆਂ ਆਲਮੋਸਟ ਸਾਰੀਆਂ ਦਵਾਈਆਂ ਕਿਸੇ ਵੀ ਏਜ ਗਰੁੱਪ ਦੇ ਵਿੱਚ, ਮਤਲਬ ਐਲਡਰ ਏਜ ਦੇ ਵਿੱਚ, 70 ਸਾਲ ਦੀ ਉਮਰ ਦੇ ਵਿੱਚ। ਉਹਦੇ 'ਚ ਇਹ ਜਿਵੇਂ ਹੁਣ ਆਪਾਂ ਸਟ੍ਰੈਪਟੋਮਾਈਸਿਨ ਲਗਾਉਣੇ ਆ, ਜੇ 50 ਸਾਲ ਤੋਂ ਉੱਤੇ ਉਮਰ ਚਲੀ ਗਈ ਤਾਂ ਉਹ ਥੋੜ੍ਹੀ ਘੱਟ ਕੁਆਂਟਿਟੀ ਕਰ ਦੇਣੀ ਪੈਂਦੀ, ਕੁਆਂਟਿਟੀ ਕਰ, ਨਹੀਂ ਤਾਂ ਉਹਨਾਂ ਦੇ ਗੁਰਦਿਆਂ 'ਤੇ ਅਤੇ ਕੰਨਾਂ 'ਤੇ ਉਹ ਅਸਰ ਕਰ ਸਕਦਾ। ਅਕਸਰ ਸਮਾਂ ਬੜਾ ਘੱਟ ਹੈ, ਰੋਲ ਆਫ ਐਕਸਰਸਾਈਜ਼ ਕੀ ਹੈ ਜੇ ਪੇਸ਼ੈਂਟ ਟਿਊਬਰਕਲੋਸਿਸ ਦਾ, ਉਹਨੂੰ ਕੋਈ ਐਕਸਰਸਾਈਜ਼ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ? ਬਿਲਕੁਲ ਕਰਨੀ ਚਾਹੀਦੀ ਹੈ ਜੀ, ਐਕਸਰਸਾਈਜ਼ ਤਾਂ ਹਰ ਉਹਦੇ ਲਈ ਜ਼ਰੂਰੀ ਹੈ ਇਮਿਊਨਿਟੀ ਨੂੰ ਡਿਵੈਲਪ ਕਰਨ ਲਈ ਜੀ, ਪਰ ਬਹੁਤ ਜ਼ਿਆਦਾ ਸਟ੍ਰੈਨਸ, ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਹੋ ਜ਼ੋਰਦਾਰ ਐਕਸਰਸਾਈਜ਼ ਨਹੀਂ ਕਰਨੀ ਚਾਹੀਦੀ, ਜਿੰਨਾ ਕਿ ਨੋਰਮਲੀ ਕੋਈ ਬੰਦਾ ਈਜ਼ੀਲੀ ਟੋਲਰੇਟ ਕਰ ਸਕਦਾ ਆਪਣੀ ਏਜ ਔਰ ਆਪਣੇ ਉਹਦੇ ਹਿਸਾਬ ਨਾਲ, ਬਿਮਾਰੀ ਦੇ ਹਿਸਾਬ ਨਾਲ, ਜਿਹਨਾਂ ਨੂੰ ਸਾਹ ਨਾ ਚੜ੍ਹੇ ਜ਼ਿਆਦਾ, ਕੋਈ ਖੂਨ ਨਾ ਆਉਣ ਲੱਗ ਜਾਵੇ ਬਹੁਤ ਜ਼ੋਰ ਦੀ ਐਕਸਰਸਾਈਜ਼ ਕਰਨ ਨਾਲ, ਬਲਗਮ ਦੇ ਨਾਲ ਜੀ, ਸੋ ਓਨੀ ਕੁ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ, ਪਰ ਬਿਲਕੁਲ ਸੈਡੈਂਟਰੀ ਵੀ ਨਹੀਂ ਹੋਣਾ ਚਾਹੀਦਾ ਜੀ। ਡਾਕਟਰ ਆਸ਼ੀਸ਼ ਚਾਵਲਾ, ਤੁਸੀਂ ਸਾਡੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ, ਬੜੀ ਵਡਮੁੱਲੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਤੁਸੀਂ ਵੀ ਬਹੁਤ ਲਗਨ ਨਾਲ, ਬੜੇ ਪਿਆਰ ਨਾਲ ਪ੍ਰੋਗਰਾਮ ਦੇਖਿਆ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਜਿਉਂਦੇ ਵਸਦੇ ਰਹੋ, ਫਿਰ ਮਿਲਾਂਗੇ, ਨਮਸਕਾਰ।